ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ ਕਾਕਾ ਕਨੇਡਾ ਚੱਕੜਾ ਗਰੁੱਪ ਵੱਲੋਂ ਮੈਂ ਤੁਹਾਡਾ ਛੋਟਾ ਵੀਰ ਪਿੰਦਰ ਚੱਕੜੇ ਵਾਲਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਅਸੀਂ ਬਾਬਾ ਜੀ ਧੰਨਾ ਮਹਾਰਾਜ ਉਹਨਾਂ ਦੇ ਗੇਟ ਦੇ ਬਾਹਰ ਖੜ੍ਹੇ ਹਾਂ ਜੀ ਅੰਦਰ ਆਪਣੀ ਵੇਟ ਕਰ ਰਹੇ ਹੈ ਸਾਰੇ ਖਿਡਾਰੀ ਵੀਰ ਅਤੇ ਜੋ ਕਿ ਬਾਬਾ ਜੀ ਧੰਨਾ ਸੁਣਿਆ ਵੀ ਇੱਥੋਂ ਘੋੜੀ ਦੇ ਉੱਤੇ ਚੜ੍ਹ ਕੇ ਪਿੰਡ ਕਬੂਤਰ ਡਾਉਂਦੇ ਸੀ ਅਤੇ ਪਿੰਡੋਂ ਫਿਰ ਕਬੂਤਰ ਜਿਹੜੇ ਹੈ ਲਾਏ ਸੀ ਉਹਨਾਂ ਨੂੰ ਆ ਕੇ ਇੱਥੇ ਖੁੱਡੇ ਦੇ ਵਿੱਚ ਬੰਦ ਕਰ ਦਿੰਦੇ ਸੀ ਆਓ ਅੱਜ ਕਰਦੇ ਹਾਂ ਆਪਾਂ ਗੱਲਾਂ ਬਾਤਾਂ ਬਾਬਾ ਜੀ ਧੰਨਾ ਮਹਾਰਾਜ ਦੇ ਕਬੂਤਰਾਂ ਦੀਆਂ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਬੇਟੇ ਤੋਂ ਉਹਨਾਂ ਦੇ ਪੋਤਰੇ ਤੋਂ ਸੁਣਦੇ ਹਾਂ ਜੀ ਆਓ ਚੱਲਦੇ ਹਾਂ ਘਰ ਆਪਾਂ ਬਾਬਾ ਜੀ ਧੰਨਾ ਮਹਾਰਾਜ ਦੇ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਾਕਾ ਕਨੇਡਾ ਚੱਕੜਾ ਗਰੁੱਪ ਵੱਲੋਂ ਜੀ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਹਾਂ ਜੀ ਆਪਾਂ ਬਹੁਤ ਹੀ ਮਸ਼ਹੂਰ ਸਾਡੇ ਸਤਿਕਾਰਯੋਗ ਖਿਡਾਰੀ ਬਾਬਾ ਜੀ ਧੰਨਾ ਮਹਾਰਾਜ ਦੇ ਘਰ ਬੜੀ ਖੁਸ਼ੀ ਹੋਈ ਹੈ ਜੀ ਅੱਜ ਬੜਾ ਨਾਂ ਸੁਣਿਆ ਸੀ ਉਹਨਾਂ ਦਾ ਮੌਕਾ ਮਿਲਿਆ ਅੱਜ ਉਹਨਾਂ ਦੇ ਘਰ ਆਉਣ ਦਾ ਅਤੇ ਉਹਨਾਂ ਦੇ ਨਾਲ ਆਪਣੇ ਬੇਟੇ ਸਰਦਾਰ ਦਵਿੰਦਰ ਸਿੰਘ ਜੀ ਨਾਲ ਗੱਲਾਂ ਬਾਤਾਂ ਕਰਾਵਾਂਗੇ ਅਤੇ ਉਹਨਾਂ ਦੇ ਪੋਤਰੇ ਸਰਦਾਰ ਬਲਵਿੰਦਰ ਸਿੰਘ ਵੀ ਆਪਣੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਬਾਕੀ ਹੋਰ ਵੀ ਜਿੰਨੇ ਸੱਜਣ ਮਿੱਤਰ ਉਹਨਾਂ ਦੇ ਪਹੁੰਚੇ ਹੈ ਜਾਂ ਇੱਕ ਬਾਬਾ ਜੀ ਧੰਨਾ ਜੀ ਦੇ ਨਾਲ ਕਬੂਤਰ ਡਾਉਂਦੇ ਰਹੇ ਆ ਖਿਡਾਰੀ ਵੀਰ ਅਤੇ ਕੀ ਨਾਂ ਸੀ ਜੀ ਗੁਰਚਰਨ ਸਿੰਘ ਜੀ ਉਹਨਾਂ ਨਾਲ ਵੀ ਗੱਲਾਂ ਕਰਾਵਾਂਗੇ ਜੀ ਆਓ ਆਪਾਂ ਗੱਲਬਾਤ ਕਰਦੇ ਹਾਂ ਜੀ ਬਾਬਾ ਜੀ ਦੇ ਬੇਟੇ ਨਾਲ ਜੀ ਪਹਿਲਾਂ ਤਾਂ ਸਾਨੂੰ ਬੜੀ ਖੁਸ਼ੀ ਹੋਈ ਹੈ ਜੀ ਅੱਜ ਕਿ ਬਾਬਾ ਜੀ ਧੰਨਾ ਮਹਾਰਾਜ ਜਿਨ੍ਹਾਂ ਨੂੰ ਵਰਲਡ ਦੇ ਵਿੱਚ ਲੋਕ ਜਾਣਦੇ ਹੈ ਬੜਾ ਇੱਜ਼ਤ ਅਤੇ ਸਤਿਕਾਰ ਦੇ ਨਾਲ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਅੱਜ ਤੱਕ ਅਸੀਂ ਜਿੰਨੀਆਂ ਵੀ ਇੰਟਰਵਿਊ ਕੀਤੀਆਂ ਹਰ ਇੱਕ ਬੰਦੇ ਨੇ ਜ਼ਿਕਰ ਕੀਤਾ ਕਿ ਸਾਡੇ ਕੋਲ ਆ ਬਾਬਾ ਜੀ ਧੰਨੇ ਵਾਲੇ ਕਬੂਤਰ ਚਾਹੇ ਆਸਟ੍ਰੇਲੀਆ ਅਮੈਰੀਕਾ ਕਨੇਡਾ ਬਾਹਰਲੇ ਮੁਲਕ ਕਿਉਂ ਨਾ ਹੋਣ ਬੰਦਾ ਬੜੇ ਚਾਅ ਨਾਲ ਵਿਖਾਉਂਦਾ ਜੀ ਕਿ ਆ ਸਾਡੇ ਕੋਲ ਬਾਬਾ ਜੀ ਧੰਨੇ ਵਾਲੇ ਤਾਂ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਜਿਹੜਾ ਬਾਬਾ ਜੀ ਨੇ ਸ਼ੁਰੂਆਤ ਕਬੂਤਰਾਂ ਦੀ ਕੀਤੀ ਸੀ ਉਹ ਕਿਹੜੇ ਸੰਨ ਦੇ ਵਿੱਚ ਕੀਤੀ ਸੀ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਮੇਰੀ ਤਾਂ ਸਭ ਤੋਂ ਪੰਜਵੀਂ ਪੀੜ੍ਹੀ 'ਚ ਉਹ ਸੀ ਮੇਰੇ ਬਾਪੂ ਜੀ ਪੀੜ੍ਹੀਆਂ 'ਚੋਂ ਤੁਰੇ ਆਉਂਦੇ ਨੇ ਸਾਡੇ ਜੀ ਛੇਵੀਂ 'ਚ ਮੈਂ ਆ ਗਿਆ ਸੱਤਵੀਂ 'ਚ ਮੇਰਾ ਬੇਟਾ ਇੱਦੋਂ ਕਹਾਂਗਾ ਤੁਹਾਨੂੰ ਮੇਰੇ ਪੁੰਤਰਿਆਂ ਨੂੰ ਜਮਾਂ ਪੀੜ੍ਹੀਆਂ 'ਚ ਤੁਰੇ ਆਉਂਦੇ ਜਦੋਂ ਬਾਬਾ ਜੀ ਨੇ ਕਬੂਤਰ ਰੱਖੇ ਸੀਗੇ ਤੁਹਾਨੂੰ ਜਦੋਂ ਸੁਰਤ ਪੂਰੀ ਬੱਚੇ ਨੂੰ ਸੁਰਤ ਆ ਜਾਂਦੀ ਹੈ ਜੀ ਉਹ ਕਿਹੜੇ ਸੰਨ ਦੇ ਵਿੱਚ ਮਤਲਬ ਤੁਹਾਨੂੰ ਪੂਰੀ ਪ੍ਰੋਪਰ ਯਾਦ ਹੈ ਗੱਲਾਂ ਵੀ ਉਦੋਂ ਬਾਪੂ ਜੀ ਨੇ ਇੱਥੇ ਬਾਜੀ ਛੱਡੀ ਸੀ ਇੱਥੋਂ ਕਬੂਤਰ ਰੱਖੇ ਸੀ ਇੱਥੋਂ ਅਸੀਂ ਲੈ ਕੇ ਆਉਂਦੇ ਸੀ ਉਹਦੇ ਬਾਰੇ ਸਾਡੇ ਖਿਡਾਰੀ ਵੀਰਾਂ ਨੂੰ ਚਾਨਣਾ ਪਾਓ ਤੁਸੀਂ ਪਹਿਲਾਂ ਤਾਂ ਹੁਣ ਤਾਂ ਤੁਹਾਨੂੰ ਮੈਂ ਦੱਸਿਆ ਵੀ ਪਹਿਲਾਂ ਪੀੜ੍ਹੀਆਂ 'ਚ ਹੀ ਤੁਰੇ ਆਉਂਦੇ ਜੀ ਅਤੇ ਉਸ ਤੋਂ ਬਾਅਦ ਜਿਵੇਂ ਹੁਣ ਕਬੂਤਰਾਂ ਵਾਲਿਆਂ ਨੂੰ ਐਂ ਹੋ ਜਾਂਦਾ ਫਲਾਨੇ ਕੋਲ ਚੰਗੇ ਭਾਈ ਸਾਹਿਬ ਮੇਰਾ ਖਿਆਲ ਮੇਰੇ ਬਾਪੂ ਜੀ ਤੋਂ 15-18 ਸਾਲ ਛੋਟਾ ਸੀ ਜੀ ਕੁੱਚੋ ਵਾਲੇ ਜੀ ਇਹਨਾਂ ਦਾ ਜਾਣੀ ਇੰਨਾ ਪਿਆਰ ਸੀ ਮੇਰਾ ਖਿਆਲ ਵੀ ਨਹੀਂ ਮੇਰਾ ਵੀ ਨਹੀਂ ਕਿਸੇ ਨਾਲ ਹੋਣਾ ਜੀ ਯਾਨੀ 10 ਦਿਨ ਜੇ ਲੰਘ ਜਾਂਦੇ ਤਾਂ ਭਾਈ ਸਾਹਿਬ ਨੇ ਮੁੰਡੇ ਨੂੰ ਲੈ ਕੇ ਅੰਦਰ ਜੀ ਧਰਨਾ ਸਿਉਣੀ ਐਂ ਮਿਲ ਕੇ ਆਈਏ ਨਹੀਂ ਫਿਰ ਇਹ ਦੁਪੱਟਾ ਝਾੜ ਕੇ ਮੁੰਡੇ ਧਰ ਕੇ ਬੱਸ ਚੜ੍ਹ ਜਾਂਦਾ ਤਾਂ ਮੈਂ ਮਿਲ ਕੇ ਆਉਣਾ ਜਾਣੀ ਇੰਨਾ ਸਤਿਕਾਰ ਸੀ ਇਹਨਾਂ ਜੀ ਉੱਥੋਂ ਫਿਰ ਬਸ ਆਈ ਇਹਨਾਂ ਦੀ ਉਹ ਹੋਈ ਗਈ ਫਿਰ ਇਹਨੇ ਜਸਵੀਰ ਨੇ ਕਬੂਤਰ ਛੱਡਤੇ ਉਹ ਤੋਂ ਇਹ ਲਿਆਏ ਉੱਥੋਂ ਸਾਡੇ ਕੋਲ ਆ ਗਏ ਜਿਹੜੇ ਹਜ਼ਾਰ ਵਾਲੇ ਕਬੂਤਰ ਵੱਜਦੇ ਨੇ ਜੀ ਅਤੇ ਬਸ ਉਹਨਾਂ ਨਾਲ ਫਿਰ ਇਹਦਾ ਉਦੋਂ ਵੀ ਨਾ ਜਿਹੜਾ ਨਾਂ ਚੱਲਿਆ ਨੇ ਸਾਰੇ ਵਰਲਡ 'ਚ ਇਹਨੇ ਕਬੂਤਰ ਬਾਜ਼ੀਆਂ ਛੱਡੇ ਵੀ ਲੋਕਾਂ ਨੂੰ ਦੇ ਦਿੰਦਾ ਦੂਜੇ ਨਾਲ ਤਾਂ ਕਹਿੰਦੇ ਵੀ ਤੂੰ ਇਹ ਕੀ ਕਰਦਾ ਬਾਜ਼ੀਆਂ ਛੱਡਿਆ ਇਹ ਆਖਦਾ ਯਾਰ ਅਗਲੇ ਦਾ ਕਰਮਾ ਉਦੋਂ ਤੁਹਾਡੀ ਕਿੰਨੀ ਉਮਰ ਸੀਗੀ ਤੁਸੀਂ ਕਦੇ ਬਾਜੀ ਤੇ ਨਾਲ ਗਏ ਸੀ ਬਾਬਾ ਜੀ ਨਾਲ ਬਹੁਤ ਵਾਰੀ ਗਏ ਗੁਰਚਰਨ ਮੇਰੇ ਨਾਲ ਹੀ ਹੁੰਦਾ ਸੀ ਜਾਂਦੇ ਰਹੇ ਮਗਰ ਉਹ ਇਹ ਤਾਂ ਪਹਿਲਾਂ ਉੱਠ ਜਾਂਦੇ
ਅਸੀਂ ਦੂਜੇ ਦਿਨ ਜਾਂਦੇ। ਜਿਹੜੇ ਤੁਹਾਡੇ ਲਾਲਚੀ ਨੇ ਕਬੂਤਰ ਜ਼ਿਆਦਾ ਮਸ਼ਹੂਰ ਬਾਬਾ ਜੀ ਦੇ ਲਾਲ ਡੱਬੇ ਲਾਲ ਰੱਤੇ, ਇਹ ਤੁਹਾਨੂੰ ਕੋਈ ਪਤਾ ਹੈ ਕਿੱਥੋਂ ਆਏ ਸੀ, ਕਦੋਂ ਕਿਹੜੇ ਸੰਨ 'ਚ ਤੁਸੀਂ ਦੇਖੇ? ਪ੍ਰੋਪਰ ਵੀ ਮੈਨੂੰ ਯਾਦ ਗੱਲ ਹੈ, ਸੰਨ ਉਹ 1975 ਦੀ ਗੱਲ ਹੈ, 70 ਦੀ ਗੱਲ ਹੈ, ਕੋਈ ਤੁਹਾਨੂੰ ਯਾਦ ਹੋਵੇ? ਜਿਆ ਦੀਆਂ ਤਾਂ ਜੀ ਸਾਰੀਆਂ ਗੱਲਾਂ ਜਿੱਥੋਂ ਬਣੇ ਨੇ ਇਹ, ਹਾਂਜੀ, ਇਹ ਜਿਹੜੇ ਲਾਲਚੀਨੇ ਸੀ ਸੁੱਖਣ ਵਾਲੇ ਆਏ, ਵੱਡੇ ਲਾਲਚੀਨੇ ਨਿਹੰਗ ਵੱਜਦਾ ਸੀ ਉੱਥੇ ਜੀ, ਜਮੀਤਾ ਉਹਦੇ ਸੀ ਜੀ, ਉਹਦਾ ਕਬੂਤਰ ਪਿੰਡ 'ਚ ਲੁਕੋ ਲਿਆ ਇਹਦੇ ਨਿਹੰਗਾ, ਤੇਰੇ ਯਾਦ ਸੂਈ ਦਾ ਨਾਂ ਕੀ ਸੀ ਇਹਦੇ ਭਰਾ ਦਾ ਲੁੱਡੂ ਦੇ ਦਾ? ਗੁੰਨਾ। ਇਹਨੇ ਲੁਕੋ ਲਿਆ, ਇਹਨੇ ਲੁਕੋਇਆ ਵਾ ਅਤੇ ਬੱਚੇ ਅੰਦਰ ਕਢਾਈ ਗਏ, ਉੱਥੇ ਬੱਚੇ ਕੱਢੇ ਅਤੇ ਆਹਦਾ ਵੀ ਮੈਂ ਵੀ ਬੱਚੇ ਲਿਜਾਣੇ ਆ ਭਾਈ ਸਾਹਿਬ ਦਾ ਜੀ, ਅਤੇ ਨਾਲ ਅਸੀਂ ਆਪਣਾ ਇਹ ਚੇਸਵਾਲਿਆ ਰੋਡਾ ਸੁਖਮ, ਉਹਨੇ ਰੋਡੂ ਨੂੰ ਆਖਿਆ ਵੀ ਰੋਡੂ ਐਂ ਕਰਕੇ ਭਾਈ ਸਾਹਿਬ ਆ ਉਹਦਾ ਵੀ ਮੈਂ ਤਾਂ ਨਹੀਂ ਦਿੱਤਾ। ਜਦ ਇੰਨੇ ਕੁਛ ਦਿਨ ਠਹਿਰ ਕੇ ਇਹਦਾ ਭਰਾ ਢਿੱਲਾ ਹੋ ਗਿਆ ਰੋਡੂ ਦਾ, ਉਹ ਦਾਖਲ ਕਰਾਇਆ ਅਤੇ ਮੁੜ ਕੇ ਕਬੂਤਰ ਰੋਡੇ ਦੇ ਘਰ ਛੱਡਿਆ ਰੋਡੂ ਜੀ, ਹੋਰ ਕਬੂਤਰੇ ਘੱਟ ਰੱਖਦੇ ਸੀ ਖੜ ਕੇ, ਅਤੇ ਉਹਦਾ ਵੀ ਭਾਈ ਸਾਹਿਬ ਮੰਗਦਾ ਸੀ ਮੈਂ ਤਾਂ ਉਹਨੂੰ ਦਿਉਂ ਫਿਰ ਰੋਡਾ ਆਪਣਾ ਰੋਡੂ ਉਹ ਨਾ ਕਰੀ ਜੀ। ਉਹਨੇ ਜਦੋਂ ਇਹ ਭਾਈ ਸਾਹਿਬ ਨੂੰ ਸੁਨੇਹਾ ਭੇਜਤਾ ਅਤੇ ਇਹ ਕਬੂਤਰ ਚੱਕ ਕੇ ਚੱਕ ਲਿਆ, ਇੱਕ ਸ਼ਾਖਾ ਸੀ ਦੋਵੇਂ ਸਕੇ ਭਰਾ ਸੀ ਜੀ, ਉਹ ਲਾਲਚੀਨੇ ਦੇ ਬਣਿਆ ਸਾਡੇ ਜਿਹੜੇ ਕਿ ਪਿਛੋਕੜ ਹਠਾੜ 'ਚੋਂ ਆਏ ਆਪਣੇ ਕੋਲ, ਹਾਂ ਸੁੱਖਣ ਵਾਲੇ, ਸੁੱਖਣ ਵਾਲੇ, ਸੁੱਖਣ ਵਾਲੇ। ਫਿਰ ਕਬੂਤਰੀ ਸੀ ਇਹਨਾਂ ਦੀ ਰੋਡੇ ਹੋਰਾਂ ਦੀ, ਇੱਥੇ ਭਾਈ ਰੂਪੇ ਫੜੀ ਗਈ, ਖੱਟੀਆਂ ਖਾਣੀ ਵੱਜਦੀ ਸੀ, ਬਹੁਤ ਮਸ਼ਹੂਰ ਹੋਈ ਆ ਇਹ, ਸਾਰੇ ਘਰਾਂ ਨੇ ਇਹਨਾਂ ਨੇ ਪੰਡਤਾਂ ਨੇ ਬੱਚੇ ਕਢਾਏ ਸਿੰਦਰ ਸਰਪੰਚ, ਹਾਂ ਹਾਂ ਸਿੰਦਰ ਸਰਪੰਚ ਕਹਿ ਰਹੇ। ਅਤੇ ਫਿਰ ਉਹ ਜਦੋਂ ਮੁੜ ਗਈ ਪਤਾ ਲੱਗ ਗਿਆ ਵੀ ਕਬੂਤਰੀ ਇਹਨਾਂ ਕੋਲ ਆ, ਫਿਰ ਇਹਨਾਂ ਨੂੰ ਦੇਣੀ ਪਈ, ਫਿਰ ਇਹ ਭਾਈ ਸਾਹਿਬ ਫੇਰ ਲਿਆਇਆ ਉੱਥੋਂ, ਉਦੋਂ ਆਪਣਾ ਜਿਉਂਦਾ ਸੀ ਉਹ ਚਾਚਾ ਭਾਗ ਸਿੰਘ ਕਿਲਿਆ, ਉਹਤੋਂ ਲਿਆ ਕੇ ਇੱਥੇ ਆ ਗਈ। ਫਿਰ ਉਹਦੀ ਪੱਠੀ ਇਹਨਾਂ ਕੋਲ ਸੀ ਬਹੁਤ ਚੰਗੀ ਉੱਡੀ ਵੀ, ਉਹ ਮੇਰਾ ਬਾਪੂ ਜੀ ਲਿਆ, ਅਸੀਂ ਫਿਰ ਉਹ ਹਜ਼ਾਰ ਵਾਲੇ ਕਬੂਤਰਾਂ ਲਾ ਤੇ ਉਹਦੇ ਨਾਲ ਸਾਡੇ ਕੋਲ ਵਾਹਲੇ ਉੱਡੇ। ਜੇ ਲਾਲਚੀਨਿਆਂ ਨਾਲ ਵੀ ਲਾਦ ਗਏ ਤਾਂ ਵੀ ਤਾਂ ਸੀ ਉਹਨਾਂ ਦਾ, ਲਾਲਚੀਨੇ ਜਿਹੜੇ ਬਾਬਾ ਜੀ ਦੇ ਕਬੂਤਰ ਆ ਇਹ ਉੱਥੋਂ ਹਠਾੜ 'ਚੋਂ ਆ ਕੇ, ਹਾਂ ਹਾਂ ਸੁੱਖਣ ਵਾਲੇ ਜੀ ਰੋਡੂ ਦੇ ਘਰੋਂ ਆਏ। ਹੋਰ ਬਾਬਾ ਜੀ ਦੀਆਂ ਕਿਹੜੀਆਂ ਕਿਹੜੀਆਂ ਨਸਲਾਂ ਜਿਹੜੀਆਂ ਮਸ਼ਹੂਰ ਹੋਈਆਂ ਸੀ ਉਹਨਾਂ ਟਾਈਮਾਂ ਦੇ ਵਿੱਚ? ਚਾਰ ਨਸਲਾਂ ਦੇ ਕਬੂਤਰ ਸੀ ਸਾਡੇ, ਇੱਕ ਤਾਂ ਇਹ ਹਜ਼ਾਰ ਵਾਲੇ ਆ ਗਏ ਜੀ, ਇੱਕ ਕਮੰਡ ਵਾਲਾ ਕਬੂਤਰ ਸੀ ਆਇਆ ਉਹ ਵੀ ਉੱਧਰੋਂ ਹੀ ਸੀ ਜੀ, ਹਾਂ ਬੈਰੋ ਕਿਹਾ ਜੀ, ਬੈਰੋ ਕਹਿਣਾ ਕਹਿ ਦਿੰਦੇ ਸੀ, ਤਾਂ ਉਹ ਮਤਲਬ ਇਹਨਾਂ ਦੇ ਕਬੂਤਰ ਆਏ ਆਪਣਿਆਂ ਦੇ ਨਹੀਂ ਯਾਰ ਜੱਟੇ ਦੇ ਘਰੋਂ ਹੀ ਆਇਆ ਸੀ, ਗਿਆ ਸੀ ਉਹ ਹਜ਼ਾਰਾਂ ਕਬੂਤਰ ਜੱਟਾ ਬਗਰਾੜੀ ਉਹਨਾਂ ਦੇ ਘਰੋਂ ਆਇਆ, ਉਹਨਾਂ ਦੇ ਘਰੋਂ ਉਹਨੇ ਦੇ ਤਾ, ਜਿਵੇਂ ਆਪਾਂ ਯਾਰ ਦੋਸਤ ਹੁੰਦਾ ਵੀ ਲੈ ਜਾ ਤੂੰ ਉੱਥੇ, ਜਦੋਂ ਇਹ ਉੱਡਣ ਲੱਗ ਗਿਆ ਇੱਕ ਦੋ ਵਾਜੀਆਂ ਛੱਡੀਆਂ, ਜੱਟੇ ਨੇ ਆਖਿਆ ਵੀ ਮੈਨੂੰ ਕੋਈ ਦਿੰਦਾ ਨਹੀਂ, ਜੰਟੇ ਨੇ ਇਹਨੂੰ ਜਸਵੀਰ ਨੂੰ ਉਂਗਲ ਲਾਤੀ, ਕਹਿੰਦਾ ਉਹ ਕਬੂਤਰ ਮੇਰਾ ਬਾਹਲਾ ਚੰਗਾ ਅਤੇ ਤੂੰ ਆ ਅਤੇ ਉਹ ਲੈ ਲਾ ਕਿਸੇ ਹਿਸਾਬ ਨਾਲ ਦਿੰਦਾ। ਜੰਟੇ ਦਾ ਇੱਕ 20 ਬਾਜੀਆਂ ਛੁੱਟਿਆ ਹੋਇਆ ਸੀ, ਇਹਨੇ 460 ਨੂੰ ਉਹਨੇ ਭਾਈ ਇਹ ਜੀ ਅਸੀਂ ਉਦੋਂ 460 ਨੂੰ ਦੇ ਦਿੱਤਾ ਸੀ, ਇਹਨੇ ਇਸ਼ਾਰਾ ਕਰਤਾ ਵੀ ਉਹ ਖੁੱਟੇ ਜਾ, ਇਹ ਜਸਵੀਰ ਸੀ ਬਹੁਤ ਤਿੱਖਾ ਜੀ, ਇਹ ਆਹਦਾ ਵੀ ਊਂ ਤਾਂ ਲੋਟ ਨਹੀਂ ਆਉਣਾ, ਐਂ ਕਰਕੇ ਆਹ ਕੁੱਡੇ ਦੇ ਕਿੰਨੇ ਪੈਸੇ ਆ ਉਹਦੇ ਖੱਟੇ ਆ, ਅਖੀਰ ਜਦੋਂ ਉਸ 'ਤੇ ਜਾ ਪੜਿਆ ਵੀ ਇਹ ਆਹ ਕੀ ਮਿੱਤਰ ਆ ਤੇਰੇ, ਇਹ ਦੱਸ ਇਹ ਕੁੱਡੇ ਦਾ ਕੀ ਲੈਣਾ, ਵੀ ਇਕੱਲਾ ਮੰਗਿਆ ਦੇਣਾ ਨਹੀਂ। ਉਹ ਇਹਨਾਂ ਦਾ 1100 ਦਾ ਸੌਦਾ ਹੋ ਗਿਆ ਛੀਆਂ ਕਬੂਤਰਾਂ ਦਾ, ਚਲੋ ਲੈ ਲਏ ਹਜ਼ਾਰਾਂ ਵਿੱਚ ਸੀ ਉਹ, ਉਹਨੂੰ ਆਹਦਾ ਕਿ ਆਹ ਭਾਈ ਇਕੱਲਾ 1000  'ਚ ਰਹਿ ਗਿਆ ਮੇਰਾ, ਆਹ ਤੇਰੇ 500 'ਚ ਨਹੀਂ, ਉਹ ਤਾਂ ਰਾਹ 'ਚ ਉਲਿਆ ਦੇ ਗਿਆ ਉਹਨਾਂ ਨੂੰ, ਇਹ 1000 ਵਾਲਾ ਫਿਰ ਇਹਨੇ ਕਈ ਵਾਰੀ ਨਹੀਂ ਛੱਡਿਆ, ਬਹੁਤ ਚੰਗਾ ਹੋ ਗਿਆ 1000 ਵਾਲਾ ਕਬੂਤਰ, ਇਸ ਕਰਕੇ ਉਹਨੂੰ ਉਹ 1000 ਰੁਪਏ ਦਾ ਮੁੱਲ ਲਿਆ ਜੀ, ਤਾਂ ਹੀ 1000 ਵਾਲਾ ਵੱਜਦਾ ਸੀ ਜੀ, ਬਹੁਤ ਲੰਮਾ ਸੀ ਹੱਥ ਲੰਮਾ ਕਬੂਤਰ ਜੀ। ਹੋਰ ਬਾਬਾ ਜੀ ਦਾ ਮਤਲਬ ਇੱਥੇ ਜਦੋਂ ਬਾਜ਼ੀਆਂ ਛੱਡਦੇ ਸੀ ਬਾਬਾ ਜੀ, ਕਿਹੜੇ ਕਿਹੜੇ ਆਪਣੇ ਕੋਲ ਇੱਥੇ ਖਿਡਾਰੀ ਵੀਰ ਉਦੋਂ ਆਉਂਦੇ ਹੁੰਦੇ ਸੀਗੇ ਇੱਥੇ ਬਾਬਾ ਜੀ ਦੇ, ਜਾਂ ਤੁਸੀਂ ਬਾਬਾ ਜੀ ਦੇ ਨਾਲ ਗਏ ਹੋ ਖਿਡਾਰੀ ਦੇ ਘਰ? ਏਰੀਏ ਦੇ ਸਾਰੇ ਹੀ ਆਉਂਦੇ ਸੀ, ਪੰਜਾਬ ਦੇ ਸਾਰੇ ਹੀ ਆਉਂਦੇ ਸੀ। ਉਹਨਾਂ ਦੀਆਂ ਕੋਈ ਪੁਰਾਣੀਆਂ ਗੱਲਾਂ ਕਈ ਵਾਰੀ ਬੰਦੇ ਇਕੱਠੇ ਹੁੰਦੇ ਆ ਅਤੇ ਤੁਸੀਂ ਕੋਈ ਪੁਰਾਣੀ ਗੱਲ ਸ਼ੇਅਰ ਕਰੋ ਜੇ ਕਿ ਖਿਡਾਰੀ ਵੀਰਾਂ ਨੂੰ ਨਾ ਪਤਾ ਹੋਵੇ।
ਜਿਹੜੇ ਵਾਲੇ ਮੁਖਤਿਆਰ ਉਹਨੂੰ ਕਰਨੈਲ ਮੋਗੜ ਕਹਿ ਦਿੰਦੇ ਸੀ, ਇਸ ਨੂੰ ਪੂਰਨ ਪੂਰਨ ਵੀ ਸਾਰੇ ਜਾਣੀ ਆਉਂਦੇ ਤਾਂ ਬਹੁਤ ਦੂਰੋਂ ਦੂਰੋਂ ਸੀ। ਬਾਕੀ ਬਾਬਾ ਜੀ ਸਰਦਾਰ ਸੰਤੋਖ ਸਿੰਘ ਆਉਂਦੇ ਸੀ, ਬਸ ਮੇਨ ਕਬੂਤਰਾਂ ਦੀਆਂ ਜ਼ਿਆਦਾ ਗੱਲਾਂ ਚੱਲਦੀਆਂ ਸੀ, ਟੋਪਿਕ ਵੀ ਕਿਹੜਾ ਕਿੱਥੇ ਉੱਡਿਆ ਕਿਵੇਂ ਉੱਡਿਆ, ਬਾਜੀ ਤੋਂ ਉੱਡੇ ਫਿਰ ਤਾਂ ਓਲੇ 'ਤੇ ਵੀ ਕਹਿ ਦਿੰਦੇ ਸੀ ਆ ਤੇਰਾ ਲੈ ਜਾ ਵੀ ਅੱਜ ਜਿੱਤੇ ਹਰੇ। ਅੱਜ ਜਿਹੜੀ ਉਹ ਲਾਲ ਚੀਨਿਆਂ ਦੀ ਨਸਲ ਹੈ ਆਪਣੇ ਕੋਲ ਪ੍ਰੋਪਰ ਅੱਜ ਹੈਗੀ ਹੈ, ਬੈਠੇ ਨੇ ਬਾਜ਼ਾਰ ਵਾਲੇ ਵੀ ਬੈਠੇ ਸਾਰੇ ਬੈਠੇ, ਠੀਕ ਹੈ ਜੀ। ਚਾਰ ਖੁੱਡਾਂ ਦੇ ਕਬੂਤਰ ਸੀ, ਚਾਰੇ ਖੁੱਡਾਂ ਦੇ ਬੈਠੇ। ਜਦੋਂ ਬਾਬਾ ਜੀ ਦੀ ਮੌਤ ਹੋਈ ਆ, ਦੰਦ ਕਢਵਾਤੇ ਸੀ ਜਾੜਾਂ 'ਚ, ਜ਼ਿਆਦਾ ਜਾੜਾਂ ਕਰਕੇ ਜ਼ਿਆਦਾ ਪ੍ਰੋਬਲਮ ਆਉਂਦਾ ਸੀ ਖਾਣਾ ਖਾਣ ਦੀ। ਇਹਨਾਂ ਤੋਂ ਛੋਟਾ ਸੀ, ਪਰ ਵੀ ਮੈਂ ਇਹ ਸਵਾਲ ਤੁਹਾਨੂੰ ਪੁੱਛਿਆ, ਬੜਾ ਤੁਹਾਡਾ ਦਿਲ ਭਰਿਆ ਆ, ਪਰ ਸਾਨੂੰ ਇਹ ਨਹੀਂ ਪਤਾ ਕਿਉਂਕਿ ਜਿਹੜੀ ਆਪਣੀ ਮੂਵੀ ਹੈ ਵਰਲਡ ਦੇ ਵਿੱਚ ਜਾਣੀ ਆ ਵੀ ਬਾਬਾ ਜੀ ਦੀ ਜਿਹੜੀ ਮੌਤ ਕਿਵੇਂ ਹੋਈ, ਕੀ ਕਾਰਨ ਬਣਿਆ, ਕਿਉਂਕਿ ਅੱਜ ਤੁਸੀਂ ਨਹੀਂ ਰੋਏ ਸ਼ਾਇਦ, ਮੈਨੂੰ ਲੱਗਦਾ ਵੀ ਜਿਹੜਾ ਵੀ ਬੰਦਾ ਇਹ ਵਰਲਡ ਦੇ ਵਿੱਚ ਵੀਡੀਓ ਦੇਖੂਗਾ ਹਰ ਇੱਕ ਬੰਦੇ ਦੇ ਅੱਖਾਂ ਦੇ ਵਿੱਚ ਅੱਥਰੂ ਆਉਣਗੇ। ਉਹ ਜ਼ਿਆਦਾ ਕਾਰਨ ਉਹੀ ਹੋ ਗਿਆ, ਪੋਤੇ ਦੀ ਡੈਥ ਹੋ ਗਈ ਸੀ, ਐਕਸੀਡੈਂਟ ਹੋ ਗਿਆ ਸੀ ਜੀ, ਗੁੱਟਗਿਆਂ ਪੇਪਰ ਦਵਾਉਣ ਗਏ ਸੀ ਸਕੂਟਰ ਐਕਸੀਡੈਂਟ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜਾ ਨਾਮ ਸਤਿਕਾਰ ਦੇ ਨਾਲ ਬੜੇ ਖਿਡਾਰੀ ਹੋਏ ਆ, ਰੋਂਦਾ ਭਾਗ ਕੋਈ ਵੀ ਮੂਹਰੇ ਸਤਿਕਾਰ ਨਹੀਂ ਲਾਉਂਦਾ ਇਹਨਾਂ ਨੂੰ, ਜਿਹੜਾ ਕਿ ਜਦੋਂ ਵੀ ਕੋਈ ਵੀ ਖਿਡਾਰੀ ਹੈ ਚਾਹੇ ਉਹ ਨਿੱਕਾ ਜਿਹਾ ਬੱਚਾ ਕਬੂਤਰ ਰੱਖਿਆ ਹੈ, ਉਹਨਾਂ ਦਾ ਨਾਂ ਜਿਹੜਾ ਬਾਬਾ ਜੀ ਧੰਨਾ ਮਹਿਰਾਜ, ਤੁਸੀਂ ਵੀ ਪੋਸਟਰਾਂ 'ਤੇ ਹੋਰ ਵੇਖਿਆ ਹੋਣਾ, ਉਹਨਾਂ ਦਾ ਮੂਹਰੇ ਸਤਿਕਾਰ ਨਾਲ ਨਾਂ ਲਿਖਿਆ ਗਿਆ ਪੂਰਾ, ਇੱਕੋ ਇੱਕ ਖਿਡਾਰੀ ਹੈ ਜਿਹਨਾਂ ਦਾ ਨਾਂ ਪੂਰੇ ਸਤਿਕਾਰ ਦੇ ਨਾਲ। ਤੋਂ ਬੜਾ ਅਫਸੋਸ ਹੈ ਸਾਨੂੰ ਸਾਡੇ ਵਿੱਚ ਅੱਜ ਉਹ ਖਿਡਾਰੀ ਨਹੀਂ ਰਹੇ, ਉਹਨਾਂ ਦੀਆਂ ਗੱਲਾਂ ਕੁਛ ਤੁਸੀਂ ਚਾਨਣਾ ਪਾਓ ਜੀ, ਉਹਨਾਂ ਨਾਲ ਕਾਫੀ ਕਬੂਤਰ ਤੁਸੀਂ ਉਡਾਏ ਆ। ਉਡਾਏ ਆ ਜੀ, 25-30 ਸਾਲ ਉਡਾਏ ਜੀ, ਇਕੱਠੇ ਜਾਂਦੇ ਰਹੇ ਹਾਂ ਅਸੀਂ ਜੀ, ਬਾਈ ਅਤੇ ਮੈਂ ਬਬਰੂ ਮਗਰ ਜਾਂਦੇ ਸੀ, ਉਹ ਪਹਿਲਾਂ ਮਗਰ ਜਾਂਦੇ ਸੀ, ਕੁੱਕੇ ਜਾਂਦੇ ਬੰਦੇ ਜਾਂ ਸਾਈਕਲਾਂ 'ਤੇ ਜਾਂਦੇ ਜੀ, ਅਸੀਂ ਸਾਈਕਲਾਂ 'ਤੇ ਜਾਂਦੇ ਰਹੇ ਹਾਂ, ਮਗਰ ਉਹ ਅਜੇ ਛੱਡ ਦਿੰਦਾ ਸੀ, ਅਸੀਂ ਦੂਜੇ ਦਿਨ ਜਾ ਪੜਦੇ ਤਾਂ ਪਹਿਲਾਂ ਜਾਂਦੇ ਤੁਸੀਂ ਬਾਅਦ ਦੇ ਵਿੱਚ ਜਾਂਦੇ, ਬਾਜ਼ੀਆਂ 'ਤੇ ਜਾਂਦੇ ਸੀ। ਉਹਨਾਂ ਟਾਈਮਾਂ ਦੇ ਵਿੱਚ ਕਿਹੜੇ ਕਿਹੜੇ ਉਦੋਂ ਖਿਡਾਰੀ ਆਉਂਦੇ ਹੁੰਦੇ ਸੀ? ਬਾਬਾ ਜੀ ਨਾਲ ਕਿਹੜਾ ਉਹ ਖਿਡਾਰੀ ਆ ਜਿਹਦੇ ਕਬੂਤਰ ਰਹਿ ਜਾਂਦੇ ਸੀ ਐਂਡ ਤੇ? ਜ਼ਿਆਦਾ ਤਾਂ ਜਸਵੀਰ ਨਾਲ ਤੇ ਸਰਦਾਰ ਸੰਤੋਖ, ਬਾਬਾ ਜੀ ਨੇ ਜਸਵੀਰ ਸਿੰਘ ਬਾਦਲ ਦੇ ਵੀ ਰਹੇ ਪੈਂਦੇ ਸੀ, ਮੋਹਨ ਸਿੰਘ ਦੇ ਵੀ ਕਬੂਤਰ ਜੀ, ਮਸ਼ਹੂਰ ਬਾਜ਼ੀ ਹੁੰਦੀ ਸੀ ਜਿਵੇਂ ਬੇਗੇ ਲਹਿਰੇ ਬਾਜ਼ੀ ਹੁੰਦੀ ਸੀ, ਹਾਂਜੀ ਹਾਂਜੀ, ਉੱਥੋਂ ਵੀ ਆ ਸਾਡੀ ਉਹਨਾਂ ਦੀ, ਹਾਂਜੀ ਇਹ ਦਿਖਾਵਾਂਗੇ ਆਪਾਂ ਬਾਅਦ ਦੇ ਵਿੱਚ, ਇੱਕ ਵਾਰੀ ਜੇਬ ਦੇ ਵਿੱਚ ਰੱਖੋ ਕਿਉਂਕਿ ਬੜੀ ਪੁਰਾਣੀ ਕਟਿੰਗ ਆ, ਬਹੁਤ ਵਧੀਆ ਚੀਜ਼ ਆ। ਹੋਰ ਕੋਈ ਉਹਨਾਂ ਦੇ ਬਾਰੇ ਕੋਈ ਗੱਲ, ਉਹਨਾਂ ਦੇ ਸੁਭਾਅ ਬਾਰੇ, ਕੋਈ ਇਕੱਠੇ ਤੁਸੀਂ ਖਾਂਦੇ ਪੀਂਦੇ ਸੀ? ਸੁਭਾਅ ਦਾ ਬਹੁਤ ਖੁਸ਼ ਦਿਲ ਸੀ। ਹਾਂਜੀ, ਕੋਈ ਬਾਬਾ ਜੀ ਦੀ ਯਾਦ, ਤੁਸੀਂ ਕਾਫੀ ਕਬੂਤਰ ਉਡਾਏ ਉਹਨਾਂ ਦੇ, ਬਹੁਤ ਉਹ ਅਸੌਦਾ ਸੀ ਜੀ, ਬੇਰੇ ਜਾਰੇ ਟਿੱਚਰ ਨਾਲ ਗੱਲ ਕਰਦਾ ਹਰ ਇੱਕ ਬੰਦੇ ਨੂੰ ਜੀ, ਵੱਡਾ ਹੁੰਦਾ ਛੋਟਾ ਹੁੰਦਾ ਹਰ ਇੱਕ ਨਾਲ ਪ੍ਰੇਮ ਰੱਖਦਾ ਜੀ, ਹਰ ਇੱਕ ਨਾਲ ਪੂਰਾ ਪ੍ਰੇਮ ਰੱਖਦਾ, ਹਰ ਇੱਕ ਬੰਦਾ ਉਹਦੇ ਕੋਲ ਆ ਕੇ ਬਹਿੰਦਾ ਗੱਲਾਂ ਸੁਣਨ ਵਾਲਾ। ਤੁਸੀਂ ਕਿੰਨਾ ਚਿਰ ਨਾਲ ਉਹਨਾਂ ਦੇ ਕਬੂਤਰ ਉਡਾਏ? ਉਡਾਏ ਹੋਣਗੇ 30 ਸਾਲ। 30 ਸਾਲ ਨਾਲ ਕਬੂਤਰ? ਹਾਂ, ਰਖਾਈ ਮੈਨੂੰ ਉਹਨਾਂ ਨੇ ਸੀ ਕਬੂਤਰ, ਬਾਬਾ ਜੀ ਨੇ ਰਖਾਈ? ਹਾਂ, ਮੇਰੇ ਕੋਲ ਊਂ ਸੀ ਪਹਿਲਾਂ ਰੱਖੇ ਹੋਏ, ਮੈਂ ਬਾਜ਼ੀਆਂ 'ਤੇ ਨਹੀਂ ਸੀ ਜਾਂਦਾ, ਬਾਜ਼ੀਆਂ 'ਤੇ ਫਿਰ ਉਹਨੇ ਮੈਨੂੰ ਕਬੂਤਰ ਦਿੱਤੇ, ਕਹਿੰਦਾ ਆਪਾਂ ਬਾਜ਼ੀਆਂ ਛੱਡੀਆਂ ਤੂੰ ਆ, ਫਿਰ ਬਾਜ਼ੀਆਂ ਛੱਡੀਆਂ ਸੀ ਬਹੁਤ, ਉੱਡੇ ਬਥੇਰੇ ਨੇ, ਫਿਰ ਉਹਦੇ ਬੁੱਢੇ ਤੋਂ ਬਾਅਦ ਬਾਈ ਨਾਲ ਵੀ ਛੱਡਦੇ ਰਹੇ ਹਾਂ ਅਸੀਂ। ਉਹਨਾਂ ਟਾਈਮਾਂ 'ਚ ਕਿੰਨੇ ਵਜੇ ਜਿਹੜੀ ਗਰਮੀ ਬਹੁਤ ਜ਼ਿਆਦਾ ਪੈਂਦੀ ਸੀ? ਉਹਨਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਸੀ, ਉਦੋਂ 3-3.5 ਤੁਹਾਡੇ ਤਾਂ ਇੱਧਰ ਸ਼ਾਇਦ ਪਾਣੀ ਪੂਣੀ ਲੱਗਦਾ, ਸਾਡੇ ਕਾਫੀ ਉੱਧਰ ਬਰਾਨ ਏਰੀਆ ਸੀ, ਉਦੋਂ ਦਾ ਜਿਹੜਾ ਤਰੀਕਾ ਅੱਜ ਦੇ ਵੀ ਯੁੱਗ 'ਚ ਨਵਾਂ ਕੰਪਿਊਟਰ ਯੁੱਗ ਆ ਗਿਆ, ਅੱਜ ਦਾ ਅਤੇ ਉਦੋਂ ਦਾ ਕੋਈ ਫਰਕ ਹੈ?
ਕਬੂਤਰ ਉਡਾਉਣ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ, ਬਹੁਤ ਜ਼ਿਆਦਾ ਪੈ ਗਿਆ, ਬਹੁਤ ਜ਼ਿਆਦਾ ਦਿਨ ਰਾਤ ਦਾ ਫਰਕ ਹੈ ਜੀ। ਨਾ ਉਹ ਗਰਮੀ ਰਹੀ ਆ ਹੁਣ ਜੀ, ਨਾ ਉਹ ਗੱਲਾਂ ਰਹੀਆਂ, ਫਿਰਕ ਖਿਡਾਰੀ ਬਣਿਆ ਪਿਆ ਉਹਨੂੰ ਟਾਵਾਂ ਟਾਵਾਂ ਖਿਡਾਰੀ ਜੀ, ਉਹਨਾਂ ਬੰਦਿਆਂ ਨੂੰ ਯਾਦ ਤਾਂ ਹੀ ਕਰਦੇ ਆ ਲੋਕ ਜੀ। ਕੁਛ ਗੱਲਬਾਤ ਆਪਾਂ ਹੁਣ ਨਾਲ ਆਪਣੇ ਜਿਨ੍ਹਾਂ ਨੇ ਕਬੂਤਰ ਉਡਾਏ ਆ, ਬੜਾ ਨਾਂ ਇਹਨਾਂ ਦਾ ਸੰਤੋਖ ਸਿੰਘ ਬਾਬਾ ਜੀ ਨਿਹੰਗ ਨਾਲ ਵੀ ਕਰਦੇ ਹਾਂ ਦੋ ਗੱਲਾਂ ਉਹਨਾਂ ਦੇ ਬਾਰੇ, ਨਾਲ ਹੀ ਬੈਠੇ ਨੇ ਆਪਣੇ। ਹਾਂਜੀ, ਤੁਸੀਂ ਜਦੋਂ ਆਪਣੇ ਕਦੋਂ ਮਿਲੇ ਸੀ ਜਿਹੜਾ ਬਾਬਾ ਜੀ ਨੂੰ ਪਹਿਲੀ ਵਾਰੀ? ਪਹਿਲੀ ਵਾਰੀ ਜਦੋਂ ਅਸੀਂ ਛੱਡੇ ਨਾ ਜੀ, ਘੰਟਾ ਬੰਨੇ ਸੰਤਾਂ ਨੇ ਹੀ ਯਾਦ ਜੀ, ਜੇ ਬਿੰਦਰ ਹੋਰਾਂ ਦੇ ਯਾਦ ਹੋਵੇ ਚਰਨ ਪਹਿਲਾਂ ਡੋਡੀ ਛੱਡਦੇ ਰਹੇ ਆ ਜੀ, ਫਿਰ ਅਸੀਂ ਵੀ ਉੱਧਰੋਂ ਸਾਰੀਆਂ ਬਾਜ਼ੀਆਂ ਵੱਧ ਜਿੱਤਣ ਲੱਗੇ, ਅਸੀਂ ਵੀ ਇੱਧਰ ਨੂੰ ਆਉਣੇ ਜੀ। ਬਾਕੀ ਦਾ ਦੇਖਣ ਵਾਲੀ 9-10 ਵਜੇ ਜੇ ਨਿਬੜ ਜਾਂਦਾ ਸੀ, ਬਾਕੀ ਨਿਬੜ ਜਾਂਦਾ ਜੀ। ਤੁਹਾਡੀ ਜਿਹੜੀ ਦੋਸਤੀ ਆ ਬਾਬਾ ਜੀ ਨਾਲ ਕਿਵੇਂ ਪਈ, ਕੀ ਗੱਲਬਾਤ ਹੋਈ, ਜਿਹੜਾ ਤੁਹਾਨੂੰ ਉਹਨਾਂ ਦਾ ਸੁਭਾਅ ਵਧੀਆ ਲੱਗਿਆ, ਉਹਨਾਂ ਨੂੰ ਤੁਹਾਡਾ ਲੱਗਿਆ, ਕਿਵੇਂ ਮੇਲ ਮਿਲਾਪ ਹੋਇਆ ਤੁਹਾਡਾ? ਸਾਡਾ ਮੇਲ ਮਿਲਾਪ ਜੀ ਜ਼ਿਆਦਾ ਇਸ ਲੋਟ ਹੋਇਆ ਵੀ ਕਬੂਤਰ ਮੇਰੇ ਵੀ ਚੱਲੇ ਉੱਡਦੇ ਤੁਹਾਨੂੰ ਨਹੀਂ, ਆਹ ਪਿੰਡ ਨਾਲ ਹੀ ਆ ਗਿਆ ਇਹਨਾਂ ਦੇ ਟੱਲ ਵਾਲੀ ਨੂੰ, ਤੁਸੀਂ ਆਏ ਹੋ ਇੱਧਰ ਦੀ ਇਹ ਟੱਲ ਵਾਲੀ ਅਤੇ ਮੇਰੀ ਮਾਸੀ ਦੀ ਅਤੇ ਤਾਏ ਦੀ ਧੀ ਸਕੇ ਦੀ, ਉਹ ਇਹਨਾਂ ਪਿੰਡ ਦੇ ਸਿਮਰਾਜ ਜੀ, ਉਹਨਾਂ ਦਾ ਕਰਕੇ ਸਤਿਕਾਰ ਆਪ 'ਚ ਪਿਆਰ ਵੱਧ ਗਿਆ। 7 ਪਿੰਡੀ ਮਾਏ ਦੇ ਧੰਨਾ ਸੁਣੇ ਸਾਰ ਕਰੀ, ਉਹ ਗਰਮੀ ਜ਼ਿਆਦਾ ਸੀ, ਘੰਟਾ ਬੰਨੇ ਪਹਿਲੀ ਬਾਜੀ, ਦੂਜੀ ਖਿਆਲੀ ਵਾਲੇ, ਤੀਜੀ ਮਾਖੇ, ਚੌਥੀ ਬਹਿਣੀ ਵਾਲ, 5ਵੀਂ ਮੁਹੱਬਤ ਲਹਿਰੇ, 6ਵੀਂ ਵੱਲੋ ਬਾਗੀ, 7ਵੀਂ ਬੇਬੀਆਂ ਬੇਬੇ ਹੋਈ ਤਾਂ ਪਹਿਲਾਂ ਸੀ ਬੱਲੋ ਮਗਰ ਬਈ, ਜਾਣੀ ਕਬੂਤਰ ਇਹਨਾਂ ਦੇ ਬਹੁਤ ਉੱਡਦੇ ਸੀ। ਹਰ ਕਬੂਤਰ ਇੱਕੇ ਘਰ ਦੇ ਹੀ, ਜਿੱਥੋਂ ਇਹ ਸ਼ੁਰੂਆਤ ਕਰਦੇ ਨੇ ਮੇਰੇ ਕੋਲ ਵੀ ਉੱਥੋਂ ਹੀ ਆਏ ਨੇ, ਸੁੱਖਣ ਵਾਲਾ ਜਾਂ ਮਿੱਡੂ ਵਾਲਾ। ਆਹੋ ਜੀ, ਜਿਹੜਾ ਕਬੂਤਰ ਤਾਂ ਇੱਕੋ ਹੀ ਸੀ, ਕਬੂਤਰ ਸਾਰੇ ਹਠਾੜ 'ਚ ਹੀ ਹੈ, ਬਲੱਡ ਲੈਣ ਉੱਥੋਂ ਹੀ ਬਣੀ, ਉੱਥੋਂ ਹੀ ਬਣੀ ਹੈ ਜੀ। ਕਬੂਤਰ ਵੀ ਜਿੱਤਣ ਵਾਲੇ ਨੂੰ ਦਿੰਦੇ ਸੀ, ਇਮਾਨਦਾਰ ਬੰਦੇ ਬੜੇ ਵਧੀਆ ਤੇ, ਭਾਈ ਮੇਰਾ ਹਰ ਗਿਆ ਲੈ ਜਾਂਦਾ, ਕਈ ਫਿਰ ਮੰਗ ਲੈਂਦੇ ਤੂੰ ਇੰਨੇ ਕੀ ਕਰੇਗਾ, ਆਹ ਲੈ 1 ਰੁਪਇਆ ਮੈਨੂੰ ਦੇ ਦੇ। ਕੋਈ ਉਹਨਾਂ ਟਾਈਮਾਂ ਦੀ ਯਾਦ ਜਿਹੜੀ ਅੱਜ ਮਤਲਬ ਤੁਹਾਨੂੰ ਗੱਲ ਯਾਦ ਹੋਵੇ ਉਹਨਾਂ ਦੇ ਮੋਹ ਮੁਹੱਬਤ ਦੀ, ਕੋਈ ਬਾਜੀ ਦੀ ਗੱਲ ਸੁਣਾਓ ਸਾਨੂੰ ਪੁਰਾਣੀ ਬਾਬਾ ਜੀ ਧੰਨਾ ਦੀ, ਕੋਈ ਵੀ ਇਹੋ ਜਿਹੀ ਬਾਜੀ 'ਤੇ ਗੱਲਬਾਤ ਨਹੀਂ ਜਿਹੜੀ ਕੋਈ ਆਸੇ ਮਜ਼ਾਕ ਵਾਲੀ ਜਾਂ ਉਹ ਪਿੰਡ ਮੌਜ ਆ ਮੇਰੇ ਕੋਲ ਜੀ, ਉੱਥੇ ਬਾਜੀ ਹਰ ਗਏ ਇਹ, ਇਹਨਾਂ ਦੀ ਕਬੂਤਰੀ ਗਈ ਭੱਜ ਜਿੱਤੀ ਹੋਈ ਸੀ ਬਾਜੀਆਂ ਦਾ, ਉਹ ਭੱਜ ਗਈ ਫਿਰ ਉਹ ਮਖੌਲੀ ਜ਼ਿਆਦੇ ਤੀ ਇਹ ਸ਼ੁਰੂਆਤ 'ਚ ਮਖੌਲੀ ਦੀ, ਜਿਵੇਂ ਚਰਨਾਂ ਤੋਂ ਦੱਸ ਕੇ ਡਿਆ ਕਿਸੇ ਨਾਲ ਵੀ ਬੋਲਦੇ ਤੇ ਹੱਸ ਕੇ ਤੇ ਮਖੌਲ 'ਚ ਹੀ ਬੋਲਦੇ ਸੀ, ਨਾਰਾਜ਼ਗੀ ਤਾਂ ਅਸੀਂ ਦੇਖੀ ਨਹੀਂ ਜੀ, ਨਾ ਆਉਂਦੀ ਨਹੀਂ ਸੀ। ਉੱਥੇ ਹਾਰ ਜਿੱਤ ਹੋਈ ਤਾਂ ਮਗਰੋਂ ਮੀਂਹ ਆ ਗਿਆ, ਹਨੇਰੀ ਆ ਗਈ, ਮੈਂ ਮਸ਼ਹੂਰ ਸੀ ਮੇਰੇ ਨਾਲ ਹੀ ਇਹ 15-20 ਆਦਮੀ ਆਪਣੇ ਘਰੇ ਆ ਗਏ ਰਾਤ ਕੱਟੀ, ਚਲੋ ਹੁਣ ਤਾਂ ਅੱਡ ਹੋਏ ਉਹ ਬਾਈ ਵਾਲਾ ਘਰ ਵੀ ਨਾਲ ਹੀ ਸੀ, ਤੁਸੀਂ ਵੇਖਿਆ ਉੱਥੇ ਹੀ ਮੰਜੇ 'ਤੇ 15-20 ਰਾਤ ਨੂੰ ਹਨੇਰੀ ਜੀ ਆ ਕੇ ਕਣੀਆਂ 'ਚ ਫੇਰ ਆ ਗਈਆਂ, ਕਣੀਆਂ ਆ ਗਿਆ ਭੋਰਾ ਕਫੀਮ ਖਾਂਦੇ ਹੁੰਦੇ ਕੰਡਾ ਕ ਹਾਸੀ ਵਾਲੀ ਗੱਲ ਹੀ ਹੋਈ ਆ ਵੀ ਮੰਜੇ ਆਪਣੇ ਆਪਣੇ ਘੜੀਸ ਕੇ ਆਪਣਾ 20 ਫੁੱਟੇ 28 ਫੁੱਟੇ ਗਾਰਡਰ 'ਤੇ ਗਏ, ਦਰਵਾਜ਼ਾ ਬਹੁਤ ਬੜਾ ਸੀ, ਸਾਰੇ ਮੰਜੇ ਲੈ ਗਏ, ਮੰਜਾ ਤਾਂ ਧੰਨਾ ਸੂ ਵੀ ਲੈ ਗਿਆ, ਖਿੱਚ ਕੈਸੀ ਵੀ ਲੈ ਗਏ, ਉਹ ਇਹਦੀ ਢਾਠੀ ਡਿੱਗ ਪਈ ਕਿਤੇ ਜਿਹਦੇ ਲੜਬੰਦੀ ਹੁੰਦੀ ਸੀ, ਮੇਰਾ ਭਰਾ ਇਸ ਲਈ ਸੀ ਵੀ ਕਿਤੇ ਮੈਂ ਕਿਵੇਂ ਜੋ ਸਾਨੂੰ ਪੈਣ ਲੱਗਾ ਉਹ ਭਾਈ ਉਹ ਤੁਹਾਡੇ ਇੱਕ ਭਾਈ ਨੂੰ ਕੀ ਹੋ ਰਿਹਾ, ਜੰਨਤੁਰੀ ਤੋਂ ਮਜਬਣਾ ਗਰੀਬਣੀਆਂ ਪੈਸੇ ਭਾਲਦੀਆਂ ਹੁੰਦੇ ਨੇ ਹੱਥ ਮਾਰਦਾ ਫਿਰਦਾ ਵਿਹੜੇ 'ਚ, ਬਾਈ ਬੈਟਰੀ ਲੈ ਕੇ, ਬਾਈ ਮੈਂ ਇੱਥੇ ਵੱਡਾ ਬੈਟਰੀ ਲੈ ਗਿਆ, ਮੈਂ ਦੱਸਦਾ ਬਾਈ ਕੀ ਹੋਇਆ, ਇਹ ਖਾਂਦੇ ਤੇ ਕੰਡਾ ਇਹਨਾਂ ਦੀ ਝਾਟੀ ਝੂਟੀ ਡਿੱਗੀ ਆ, ਉਹ ਲੱਭ ਗਈ ਬੈਟਰੀ ਨਾਲ, ਅਤੇ ਜਦੋਂ ਤੜਕੇ ਉੱਠ ਕੇ ਗਏ ਖੇਤ ਬੰਨੇ ਨੂੰ ਜੰਗਲ ਪਾਣੀ ਜਾ ਆਏ, ਹੱਥ ਮੂੰਹ ਧੋਤਾ, ਚਾਹ ਪੀਤੀ, ਕੰਡਾ ਖਾ ਲਿਆ ਹੋਵੇ,
ਫਿਰ ਘੋੜੀ 'ਤੇ ਚੜ੍ਹ ਗਏ। ਮੇਰੇ ਨਾਲ ਹੁੰਦਾ ਸੀ ਬਹੁਤਾ ਮੋਟਾ ਬੰਦਾ ਬਾਈਆਂ 'ਤੇ, ਬੈਠੇ ਬੈਠੇ ਚਾਹ ਪੀਂਦੇ ਕਹਿੰਦੇ ਉਹ ਇੱਥੇ ਜੇ ਭਾਈ ਉਹ ਡੰਗਰ ਜਿਹਦਾ ਘਰ ਵੀ ਸੀ, ਡੰਗਰ ਨੌ ਡੰਗਰ ਸੀ ਧੰਨਾ ਸੁਖਾ, ਇੱਥੇ ਡੰਗਰ ਜਿਹਦਾ ਘਰ ਸੀ ਉਹ ਕਿੱਥੇ ਜੇ ਜੀ। ਬਾਈ ਕਹਿੰਦਾ ਡੰਗਰ ਹੀ ਦੱਸਦਾ ਬੰਦੇ ਵੀ ਉਹਨਾਂ ਦੀਆਂ ਗੱਲਾਂ ਨਾ ਸਾਡੇ ਯਾਦ ਰਹਿੰਦੀਆਂ ਨੇ, ਹਜੇ ਤੱਕ ਯਾਦ ਰਹਿੰਦੀਆਂ। ਇਸੇ ਕਰਕੇ ਮੈਂ ਮੂਵੀ 'ਚ ਉਹ ਸੁਨੇਹਾ ਉਦੋਂ ਵੀ ਲਾਇਆ ਸੀ, ਹੁਣ ਵੀ ਮਿੱਤਰ ਪਿਆਰਾਂ ਨੂੰ ਲਾਉਂਦੇ ਹਾਂ ਵੀ ਵੀਰੋ ਖੁਸ਼ੀ ਦੀਆਂ ਬਾਜ਼ੀਆਂ ਖੇਡੋ, ਸੰਸਾਰ ਛੱਡਣਾ ਸਭ ਨੇ, ਕਿਸੇ ਨੇ ਨਹੀਂ ਲੱਤਾਂ ਡਾਉਣੀਆਂ। ਅਤੇ ਰੌਣ ਵਰਗੇ ਹਰਲਾਕਸ ਵਰਗੇ ਬੜੇ ਤਹਿਤ ਚਲੇ ਗਏ ਜੀ। ਕਬੂਤਰਬਾਜ਼ੀ ਕੀਤੀ ਆ ਅਸੀਂ ਬਹੁਤ, ਦਿੱਤੇ ਨੇ ਕਬੂਤਰ ਡਾਏ ਨੇ, ਚਲਾਕੀਆਂ ਨਹੀਂ ਕੀਤੀਆਂ। ਹੁਣ ਕਈ ਦੁੱਖ ਮੰਨਦੇ ਆ ਇਸ ਗੱਲ ਦਾ, ਉਹ ਪੈਸੇ ਮਗਰਦਾ ਜਾਂਦੇ ਹੋ, ਪੈਸੇ ਨੇ ਕੁਛ ਨਹੀਂ ਜਾਣਾ, ਆ ਮੁਹੱਬਤ ਨਹੀਂ ਤੁਹਾਨੂੰ ਮਿਲਣੀ ਕਿਤੋਂ, ਆ ਪਿਆਰ ਨਹੀਂ ਮਿਲਣਾ। ਧੰਨੇ ਸੂਤੀਆਂ ਇਹੋ ਜਿਹੀਆਂ ਗੱਲਾਂ ਸਾਡੇ ਯਾਦ ਰਹਿੰਦੀਆਂ। ਕਬੂਤਰ ਹੁਣ ਵੀ ਮਗਰ ਉੱਥੇ ਬੈਠਾ, ਘੁੱਗੀਆਂ ਤੋਂ ਕਢਾਇਆ ਘੁੱਗੀਆਂ ਮਗਰ ਜਾਂਦਾ, ਹੋ ਉੱਥੇ ਘੁੱਗੀ ਮਗਰ ਬੈਠੀ, ਮੈਨੂੰ ਦੱਸਦੇ ਹੁੰਦੇ ਕਹਿੰਦਾ ਮੈਂ ਤਾਂ ਕਾਂ ਤੋਂ ਕਢਾ ਲਾ। ਬਹੁਤ ਘੁੱਗੀਆਂ ਤੋਂ ਤਾਂ ਆਮ ਹੀ ਕਢਾਉਂਦੇ ਤੇ ਬੱਚੇ। ਹੁਣ ਕਰਦੇ ਹਾਂ ਆਪਾਂ ਦੁਬਾਰ ਤੋਂ ਫਿਰ ਗੱਲ, ਅਤੇ ਬਾਬਾ ਜੀ ਨੇ ਗੁਰੂ ਕਿਹਨੂੰ ਮੰਨਿਆ ਸੀ, ਤੁਹਾਨੂੰ ਕੋਈ ਪਤਾ ਹੋਵੇ? ਕਿਸੇ ਨੂੰ ਗੁਰੂ ਨਹੀਂ ਮੰਨਿਆ ਸੀ ਉਹਨਾਂ ਨੇ, ਆਪ ਹੀ ਆਪਦੀ ਗੇਮ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਜੀ, ਪੀੜ੍ਹੀਆਂ 'ਚ ਤੁਰੀ ਜਾਊਂਗੀ ਜੀ। ਅੱਗੇ ਉਹਨਾਂ ਦੇ ਚੇਲੇ, ਚੇਲਾ ਜੀ ਉਹਨੇ ਬਣਾਇਆ ਹੀ ਨਹੀਂ, ਕੋਈ ਚੇਲਾ ਨਹੀਂ ਬਣਾਇਆ, ਕੋਈ ਚੇਲਾ ਨਹੀਂ, ਸਿਰਫ ਕਾਫੀ ਮੈਨੂੰ ਲੱਗਦਾ ਵੀ ਆਪਣੇ ਵੀਰ ਜਾਣਦੇ ਆ ਉਹਨਾਂ ਦੇ ਬਾਰੇ, ਤੇ ਥੋੜਾ ਜਿਹਾ ਕੈਮਰਾ ਉਧਰ ਨੂੰ ਕੀਤਾ ਜਾਵੇ ਕਿਉਂਕਿ ਆਪਾਂ ਵੀਰ ਤੋਂ ਵੀ ਕਾਫੀ ਗੱਲਾਂ ਪੁੱਛਦੇ ਆ, ਤੇ ਤੁਸੀਂ ਆਪਣੇ ਓਕੇ ਜੀ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਮੈਂ ਜੀ ਕਾਕਾ ਕਨੇਡਾ ਜੀ, ਪ੍ਰੀਤ ਸਿੱਧੂ, ਭਿੰਦਰ ਚੱਕੜਾ ਗਰੁੱਪ ਜੀ ਵੱਲੋਂ, ਜਿਹੜੇ ਸਾਡੇ ਅੱਜ ਚੁਰਾਏ ਵਿਖੇ ਅਸੀਂ ਬਾਬਾ ਧੰਨਾ ਜੀ ਕਬੂਤਰ ਕਲੱਬ ਮਹਾਰਾਜ ਵੱਲੋਂ ਇਸ ਗਰੁੱਪ ਨੂੰ ਜੀ ਆਏ ਹਾਂ, ਕਹਿਣੇ ਹਾਂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ, ਸਭ ਨੂੰ ਵਾਹਿਗੁਰੂ ਜੀ ਦੀ ਫਤਿਹ। ਕਾਫੀ ਨੌਲੇਜ ਰੱਖਦੇ ਹੋ ਤੁਸੀਂ ਬਾਬਾ ਜੀ ਬਾਰੇ। ਹਾਂ ਜੀ, ਬਾਜੀਆਂ ਵੀ ਛੱਡੀਆਂ ਜੀ, ਨਾਲ ਜਾਂਦੇ ਵੀ ਰਹੇ ਹਾਂ ਜੀ ਜੀ। ਮੈਂ 1980-81 ਤੋਂ ਨਾਲ ਟਾਮੀ ਟਾਮੀ ਬਾਜੀ 'ਤੇ ਗਿਆ, ਤਕਰੀਬਨ 10-15 ਬਾਜੀਆਂ ਦੇ ਨਾਲ ਰਾਤ ਵੀ ਉਹਨਾਂ ਦੇ ਰਹੇ ਆ ਜੀ। ਮੌਤ ਤੋਂ ਬਾਅਦ ਤਾਂ ਚਲੋ ਸਾਡੇ ਰਿਲੇਸ਼ਨਾਂ ਹੁਣ ਇਕੱਠੇ ਛੱਡਦੇ ਹਾਂ ਜੀ, ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਜੀ। ਕੋਈ ਉਹਨਾਂ ਦੀ ਪੁਰਾਣੀ ਯਾਦ ਜਿਹੜੀ ਬਾਜੀ 'ਚ ਕੋਈ ਯਾਦਗਾਰ, ਕੋਈ ਬਾਜੀ ਆਪਣੀ ਇਹੋ ਜਿਹੀ ਬਾਜੀ ਹੁੰਦੀ ਹੈ ਜਿਹੜੀ ਯਾਦਗਾਰ ਬਣ ਕੇ ਰਹਿ ਜਾਂਦੀ, ਕੋਈ ਇਹੋ ਜਿਹੀ ਬਾਜੀ ਬਾਬਾ ਜੀ ਦੀ? ਬਾਜੀ ਤਾਂ ਹਮੇਸ਼ਾ ਉਹਨਾਂ ਦੀ ਯਾਦਗਾਰ ਹੀ ਸੀ ਜੀ, ਇੱਥੇ ਜਾਂਦੇ ਸੀ। ਇੱਕ ਥਾਂ 'ਤੇ ਮੈਂ ਵੀ ਘਰੋਂ ਕਬੂਤਰੀ ਛੱਡੀ ਸੀ, ਉੱਥੇ ਉਹਨਾਂ ਨੇ ਵੀ ਛੱਡੀ ਸੀ, ਬਠਿੰਡੇ ਕੋਲ ਬੁਰਜ ਹੈ ਜੀ। ਇਹ ਜਿਵੇਂ ਹੁੰਦਾ ਜੀ, ਉਹਨਾਂ ਨੇ ਠੂਲੀ 'ਚ ਰਗੜ ਕੇ ਬਦਾਮ ਦੇ ਤੇ ਚਾਰ, ਤੜਕੇ ਸੋਹਾ ਜਾਂਦੇ ਨੂੰ ਜੀ, ਮੈਂ ਵੀ ਦੋ ਦੇ ਤੇ। ਆਪਣੇ ਵਾਲੀ 4:30 ਵਜੇ ਪਾਣੀ 'ਤੇ ਬਹਿਗੀ, ਮੁੜ ਕੇ ਉਹ ਜਿਵੇਂ ਹਾਸੇ ਮਜ਼ਾਕ 'ਚ ਗਾਲ ਕੱਢ ਕੇ ਕਹਿੰਦੇ ਕਰਤਾ ਜਿਹੜਾ ਕੰਮ ਨਹੀਂ ਕਰਨਾ ਸੀ, ਕਹਿੰਦਾ ਵੀ ਕਹਿੰਦਾ ਸਾਰਾ ਦਿਨ ਪਾਣੀ 'ਤੇ ਲਿਆਇਆ, ਹੁਣ ਕਹਿੰਦਾ ਇਹਦੀ ਆਹ ਧੱਕ 'ਤੇ ਕਹਿੰਦਾ ਬਦਾਮ ਜੀ। ਚਲੋ ਅਸੀਂ ਬਾਜੀ ਜਿੱਤ ਗਏ ਜੀ, ਅਤੇ ਦੂਸਰੇ ਦਿਨ ਘਰ ਆ ਗਏ ਇੱਥੇ। ਹੋਰ ਵੀ ਕਈ ਥਾਵਾਂ 'ਤੇ ਜਿਨ੍ਹਾਂ ਨੂੰ ਕਬੂਤਰ ਵੀ ਦਿੱਤੇ, ਕਿਹੜਾ ਅਸੀਂ ਕਬੂਤਰ ਇੱਥੇ ਛੱਡਿਆ ਸੀ ਗੋਗਰਾਂ ਪਿੰਡ ਜੀ, ਸ਼ਾਹਖਾ ਕਬੂਤਰ ਸੀ ਸਾਡਾ, ਕਬੂਤਰ ਹਰ ਗਿਆ ਸੀ, ਉੱਥੋਂ ਗੁਰਦੇਵ ਦਾ ਕਬੂਤਰ ਜਿੱਤ ਗਿਆ ਸੀ ਕਣੀਆਂ ਵਾਲੇ ਦਾ, ਉੱਥੋਂ ਅਸੀਂ ਕਬੂਤਰ ਉਹਨੇ ਮੁੱਢ ਨਹੀਂ ਮੋੜਿਆ ਸਾਡਾ, ਉੱਥੋਂ ਸਾਡੀ ਫਿਰ ਉਹ ਗੁਰਦੇਵ ਨਾਲ ਆਣ ਬਣ ਹੋ ਗਈ ਸੀ, ਕਬੂਤਰ ਅਸੀਂ ਮੜਵਾ ਰਹੇ ਸੀ। ਇਹ ਬਾਬਾ ਜੀ ਕਹਿੰਦੇ ਵੀ ਸਾਡਾ ਇਹ ਕਬੂਤਰਾਂ ਨਾਲ ਹੀ ਜਿੱਤ ਗਏ, 200 ਰੁਪਇਆ ਕਿੱਡੀ ਕੁ ਖਾਸ ਗੱਲ ਹੈ। ਕਬੂਤਰ ਤੋਂ ਵਾਪਸ ਸਾਡੇ ਘਰ ਦੇਣੇ ਸੀ, ਮੈਂ ਕੋਈ 200 ਦਾ ਭੁੱਖ ਦਾ ਨਹੀਂ ਸੀ, ਇੱਕ ਪਿਆਰ ਸੀ ਆਪਣਾ ਆਪੇ ਦੀ ਕਿ ਤੁਹਾਨੂੰ ਜਿਹੜੇ ਇੰਨੇ ਚੰਗੇ ਕਬੂਤਰ ਦਿੱਤੇ ਸੀ। ਉਹ ਕਬੂਤਰ ਇੱਧਰੋਂ ਭਾਈ ਸਾਹਿਬ ਦੀ ਗੁਰਜਨ ਸਿੰਘ ਦੇ ਘਰੋਂ ਗਏ ਸੀ, ਜਿਹਨੂੰ ਟੁੱਟੀ ਢੂਈ ਵਾਲਾ ਅਸੀਂ ਕਹਿੰਦੇ ਮਸ਼ਹੂਰ ਕਹਿੰਦੇ ਸੀ, ਉਹਦੀ ਲਾ ਸਾਡੇ ਪੰਜਾਬ 'ਚ ਬਹੁਤ ਜ਼ਿਆਦਾ ਉੱਡੀ। ਉਦੋਂ ਬਾਅਦ ਵੀ ਬਾਜੀਆਂ ਦਾ ਉਹਨਾਂ ਦੀ ਮੌਤ ਤੋਂ ਬਾਅਦ ਰਿਕਾਰਡ ਤੋੜੀ ਉੱਡੀਆਂ ਜੀ ਸਾਡੇ, ਘੰਟੇ ਤੋਂ ਤਾਂ ਤਕਰੀਬਨ ਥੱਲੇ ਕੋਈ ਉੱਡਿਆ ਹੀ ਨਹੀਂ, ਵੱਧ ਹੀ ਉੱਡੇ ਆ। 1996 'ਚ ਅਸੀਂ ਜਿਹੜਾ ਟੈਲੀਵਿਜ਼ਨ ਜਿੱਤਿਆ ਜੀ, 3 ਸਾਲ ਉਹ ਟੈਲੀਵਿਜ਼ਨ ਨਹੀਂ ਘੋਲ ਕੇ ਕਿਸੇ ਨੇ ਜਿੱਤਿਆ ਗਿਆ ਸੀ,
ਸਾਡਾ ਕਬੂਤਰ ਇਕੱਲਾ ਰਹਿ ਗਿਆ ਸੀ। 10 ਜੇਠ ਦੀ ਬਾਜੀ ਸੀ, 11 ਜੇਠ ਦੀ ਬਾਜੀ ਸੀ, 11 ਜੇਠ ਦੀ ਢੇਡੀ ਬੀਜਣ 'ਤੇ ਆਪਣਾ ਇਕੱਲਾ ਹੀ ਰਹਿ ਗਿਆ ਸੀ। ਉਸ ਤੋਂ ਬਾਅਦ ਫਿਰ ਉਹੀ ਕਬੂਤਰ ਅਸੀਂ ਛੱਡਤਾ ਸੀ 26 ਜੇਠ ਨੂੰ ਰਮਾਣੀ ਜੀ, ਉੱਥੇ ਵੀ ਅਸੀਂ 6 ਸੀ ਵੰਡੀ ਗਈ ਸਾਂਝੀ ਹੋ ਗਈ ਜੀ ਹਾੜ ਦੇ। ਫਿਰ 2 ਹਾੜ ਨੂੰ ਅਸੀਂ ਛੱਡਤਾ ਸੀ ਕਬੂਤਰ ਉਹ ਖੇਮੂ ਆਣੀ, ਉੱਥੇ ਵੀ ਗੁਰਦੇਵ ਘਣੀਏ ਨਾਲ ਅਤੇ ਇੱਕ ਸੇਮਿਆਂ 3 ਜਣੇ ਸਾਡੀ ਬਾਜੀ ਵੰਡੀ ਗਈ ਸੀ। ਬਾਬਾ ਜੀ ਦੀ ਅਖੀਰ ਤੱਕ ਜਿਹੜੀ ਹੈ ਨਿਗਾਹ ਪਹਿਚਾਣ ਪੂਰੀ ਸੀ? ਪੂਰੀ ਜੀ, ਪੂਰੀ 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 ਹਾਂ ਜੀ। ਉਹ ਆਪ ਉਹਨਾਂ ਨੂੰ ਖਾਣਾ ਖਵਾਉਂਦੇ, ਖਾਧਾ ਤਾਂ ਜਾਂਦਾ ਨਹੀਂ ਸੀ, ਚਮਚੇ ਨਾਲੋਂ ਦਲਗਿਆ ਵਗੈਰਾ ਰੋਟੀ ਚਾਹੇ, ਬਹੁਤ ਜਾਣੀ ਸੇਵਾ ਕੀਤੀ ਅਸੀਂ ਇੱਥੇ। ਦੱਸਦਾ 15-15 ਮਿੰਟਾਂ ਬਾਅਦ ਉਹਨੂੰ ਪੁੱਛਦੇ ਵੀ ਕੋਈ ਪ੍ਰੋਬਲਮ ਹੈ, ਇਹ ਦਰਵਾਜ਼ੇ 'ਚ ਇੱਥੇ ਹੀ ਹੁੰਦੇ ਸੀ, ਉਹਨਾਂ ਮੰਜਾ ਇੱਥੇ ਹੁੰਦਾ ਸੀ, ਪੱਖਾ ਹੁੰਦਾ ਸੀ। ਉਦੋਂ ਖਿਡਾਰੀ ਵੀ ਜਦੋਂ ਪਤਾ ਲੱਗਦਾ ਦੂਰ ਦੁਰਾਡੇ ਫੋਨ ਘੱਟ ਸੀ ਕਿ ਬਾਬਾ ਜੀ ਹੁਣ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਸਾਥੀ ਆ ਬਿਮਾਰ ਹੈ, ਖਿਡਾਰੀ ਆਉਂਦੇ ਹੁਣੇ ਪਤਾ ਲੱਗਦਾ? ਹਾਂ ਜੀ ਆਉਂਦੇ ਸੀ, ਤਕਰੀਬਨ ਜ਼ਿਆਦਾ ਦੂਰ ਵਾਲੇ ਠਾੜ ਵਾਲੇ ਤਾਂ ਨਹੀਂ ਆਉਂਦੇ ਸੀ, ਉਹ ਆਪ ਬਜ਼ੁਰਗ ਹੋ ਗਏ ਸੀ, ਇਹਨਾਂ ਤੋਂ ਜ਼ਿਆਦਾ ਉਮਰ ਦੇ ਸੀ ਜਿਹੜੇ ਲਾਗੇ ਦੇ ਸੀ 20-50 ਕਿਲੋਮੀਟਰ ਦੇ, ਉਹ ਮਿਲ ਆਉਂਦੇ, ਰਾਤ ਵੀ ਰਹਿ ਕੇ ਜਾਂਦੇ, 2-2 ਰਾਤਾਂ ਰਹੇ ਪੈਂਦੇ ਜੀ ਇੱਥੇ। ਸਪੈਸ਼ਲ ਕਬੂਤਰਾਂ ਕਰਕੇ ਵੀ ਨਹੀਂ ਕਈ ਆਉਂਦੇ ਸੀ, ਵੈਸੇ ਹੀ ਮਿਲਣ ਆ ਜਾਂਦੇ ਸੀ ਜੀ ਜੀ, ਪ੍ਰੇਮ ਇੰਨਾ ਸੀ ਇਹਨਾਂ ਦਾ ਬੇਦੀ। ਨਾਲ ਹੀ ਉਹਨਾਂ ਦੇ ਪੋਤਰੇ ਬਾਈ ਜੀ ਕੀ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਜੀ ਪੋਤਰੇ ਉਹਨਾਂ ਦੇ। ਤੁਹਾਨੂੰ ਵੀ ਹੁਣ ਸ਼ੌਕ ਹੈ ਜੀ ਕਬੂਤਰਾਂ ਦਾ? ਹਾਂਜੀ ਪਹਿਲਾਂ ਤੋਂ ਹੀ ਸ਼ੌਕ, ਪਹਿਲਾਂ ਤੋਂ ਛੋਟੇ ਹੁੰਦੇ ਤੋਂ ਲੈ ਕੇ ਸ਼ੌਕ। ਤੁਹਾਡੇ ਨਾਲ ਤਾਂ ਕਾਫੀ ਪਿਆਰ ਰਹਿੰਦਾ ਹੋਊਗਾ ਕਿਉਂਕਿ ਬਹੁਤ ਛੋਟੇ ਹੋਵੋਗੇ ਤੁਸੀਂ। ਹਾਂਜੀ ਹਾਂਜੀ, ਜਦੋਂ ਕਬੂਤਰ ਦੇਖੇ ਸੀਗੇ ਬਾਬਾ ਜੀ ਕੋਲੇ ਹੁੰਦੇ ਸੀ, ਹਾਂਜੀ ਹਾਂਜੀ, ਤੇ ਉਹਨਾਂ ਦੇ ਬਦਾਮ ਵੀ ਚੋਰੀ ਖਾ ਜਾਂਦੇ ਸੀ ਜਾਂ ਖਾਂਦੇ ਤਾਂ ਨਹੀਂ? ਪਹਿਲਾਂ ਤੋਂ ਮੈਨੂੰ ਸ਼ੌਂਕ ਸੀਗਾ, ਸ਼ੌਂਕ ਸੀਗਾ ਪੂਰਾ ਜੀ। ਕਦੇ ਬਾਬਾ ਜੀ ਨੇ ਕਿਹਾ ਹੋਵੇ ਬਦਾਮ ਛਿੱਲ ਕੇ ਪਾ ਦੀ, ਮੁੱਠੀ ਭਰ ਕੇ ਨਹੀਂ ਖਾਂਦੇ? ਨਹੀਂ ਜੀ ਨਹੀਂ ਜੀ, ਮਤਲਬ ਜਿੱਦੇ ਛੁੱਟੀ ਹੁੰਦੀ ਪੜ੍ਹਦੇ ਹੁੰਦੇ, ਛੁੱਟੀ ਵਾਲੇ ਦਿਨ ਫਿਰ ਬਾਜੀ 'ਤੇ ਵੀ ਜਾ, ਬਾਜੀ 'ਤੇ ਵੀ ਜਾ ਉੜਦੇ। ਬਦਾਮ ਹੀ ਅਸਲ ਪਿੰਡ ਭਿਉਂਦੇ ਹੁੰਦੇ ਸੀ ਨਾ, ਜੋ ਵੀ ਆਪਣੇ ਬਾਬਾ ਜੀ ਦੇ ਲਾਲਚੀ ਨੇ ਕਬੂਤਰ ਆ, ਅਤੇ ਉਹ ਆਪਣੇ ਜਿਵੇਂ ਕਿ ਉਹਨਾਂ ਨੇ ਬੇਟੇ ਨੇ ਦੱਸਿਆ ਉਹਨਾਂ ਦੇ ਨੇ ਤੁਹਾਡੇ ਪਿਤਾ ਜੀ ਨੇ, ਹਾਂਜੀ ਹਾਂਜੀ, ਕਿ ਜਿਹੜੇ ਮਸ਼ਹੂਰ ਇੱਥੇ ਆ ਕੇ ਹੋਏ ਆ, ਚਾਹੇ ਉਹ ਅਠਾੜ 'ਚੋਂ ਆਏ ਸੀ, ਲਾਲਚੀ ਨੇ ਬਾਬਾ ਜੀ ਧੰਨੇ ਵਾਲੇ ਬਾਈ ਦੇ ਆ, ਹਾਂਜੀ, ਉਹ ਕਿਉਂ ਉੜਦੇ ਜ਼ਿਆਦਾ ਸੀ ਜਾਂ ਬਾਜੀਆਂ ਉਹਨਾਂ ਨਾਲ ਵੱਧ ਜਿੱਤੀਆਂ ਗਈਆਂ ਸੀ, ਉਹ ਲਾਲਚੀ ਨੇ ਕਿਉਂ ਮਸ਼ਹੂਰ ਹੋਏ ਸੀ? ਜਿਹੜੀਆਂ ਹੋਰ ਵੀ ਆਪਣੇ ਕੋਲ ਜੋੜੀਆਂ ਤਾਂ ਸਹੀਆਂ, ਪਰ ਲਾਲਚੀ ਨੇ ਜ਼ਿਆਦਾ ਮਸ਼ਹੂਰ ਹੋਏ ਸੀ ਜੀ, ਬਾਜੀਆਂ ਵੱਧ ਉੱਡੇ ਜੀ ਉਹ ਬਾਜੀਆਂ 'ਚ, ਬਾਜੀਆਂ ਉਹ ਲਾਲਚੀ ਨਾਲ ਇੱਕੋ ਹੀ ਸੀਗਾ ਜੀ, ਬਹੁਤ ਬਾਜੀਆਂ ਛੱਡਿਆ, 7 ਤੋਂ 7 ਤਾਂ ਹੀ ਜਾਂਦੇ ਸੀਗੇ ਜੀ, 3 ਬਹੁਤ ਉੱਡਿਆ, ਕਿਉਂਕਿ ਗਰਮੀ ਆ, ਹਾੜ ਆ, ਜੇਠ ਆ, ਬਹੁਤ ਜ਼ਿਆਦਾ ਉੱਡਿਆ, ਉੱਡਿਆ ਜੀ ਬੜਾ ਕਬੂਤਰ। ਅਤੇ ਬਾਕੀ ਚਿੱਟੇ ਵੀ ਸੀਗੇ 2, ਇੱਕ ਕਬੂਤਰੀ ਸੀ ਲੱਕੜ ਜਿਹਨੂੰ ਕਹਿੰਦੇ ਸੀ ਜੀ, ਮਤਲਬ ਉਹ ਇਹ ਲੱਕੜਾਂ ਨਾ ਕਿਵੇਂ ਪਿਆ ਸੀ ਜਿਹੜੀਆਂ ਲੱਕੜਾਂ, ਉਹਦਾ ਉਹ ਕਰੜੀ ਕਰਕੇ ਜੀ ਉੱਡਦੀ ਵੱਧ ਸੀ ਤਾਂ ਕਰਕੇ ਲੱਕੜ ਕਹਿਣ ਲੱਗ ਗਈ, ਜਿਹੜੀ ਕਬੂਤਰੀ ਉਹ ਵੱਧ ਉੱਡਦੀ ਸੀ, ਉਹ ਖੱਟੀਆਂ ਅੱਖਾਂ ਦੀ ਤਰ੍ਹਾਂ, ਹਾਂਜੀ ਖੱਟੀਆਂ ਅੱਖਾਂ ਦੀ ਕਲਫ ਨੋਕੀ ਸੀ, ਉਹ ਖੱਟੀਆਂ ਅੱਖਾਂ ਦੀ ਸਫੈਦ ਚਿੱਟੀ ਕਲਫ ਨੋਕੀ, ਹਾਂਜੀ ਇਹ ਆਪਣੀ ਘਰੋਂ ਕਬੂਤਰੀ ਤਿਆਰ ਹੋਈ ਸੀ ਲੱਕੜਾਂ 'ਚ, ਹਾਂਜੀ ਹਾਂਜੀ, ਉਹ ਘਰੇ ਨਿਕਲੀ ਸੀ, ਇੱਥੇ ਬੱਚਾ ਕਢਾਇਆ ਸੀ ਘਰੇ, ਉਹ ਲਾਲ ਚੀਨੀਆਂ ਦਾ ਸੀ ਜਾਂ ਕਿਸੇ ਹੋਰ? ਨਹੀਂ ਉਹ ਹਜ਼ਾਰ ਵਾਲਾ ਦਾ, ਹਜ਼ਾਰ ਵਾਲਾ, ਹਜ਼ਾਰ ਵਾਲਾ ਖੱਟੀਆਂ ਪਤਲੀ ਬਹੁਤ ਸੀ, ਉਹ ਸਰੀਰ ਦੀ ਖੱਟੀ ਪਤਲੀ। ਹਾਂ ਫਿਰ ਉਦੋਂ ਬਾਅਦ ਉਹਦੀ ਪੱਠੀ ਇੱਕ ਹੋਰ ਸੀ, ਉਹ ਵੀ ਮਤਲਬ 6-7 ਬਾਜੀਆਂ ਛੱਡੀ, ਭੋਲੀ ਕਹਿੰਦੇ ਜੀ, ਹਾਂਜੀ, ਉਹ ਪਹਿਲੀ ਬਾਜੀ ਮਤਲਬ ਪੂਲੇ ਤੋਂ ਹੱਲ ਗਈ ਸੀ, ਪੂਲੀ ਤੋਂ, ਹਾਂਜੀ, ਉਹ ਤਾਂ ਕਰਕੇ ਫਿਰ ਉਹਨੂੰ ਕਹਿਣ ਲੱਗ ਗਏ ਵੀ ਕਈ ਕਰਕੇ ਵੀ ਕਮਲੀ ਵੱਗ ਗਈ, ਪਰ ਦੂਜੀ ਬਾਜੀ, ਹਾਂਜੀ, ਉਦੋਂ ਬਾਅਦ ਤਾਂ ਫਿਰ ਬਹੁਤ ਹੀ ਬਾਜੀਆਂ ਛੱਡੀਆਂ। ਇੱਕ ਉਹਨਾਂ ਦੇ ਬਾਰੇ ਕਾਫੀ ਲੋਕ ਗੱਲਾਂ ਕਰਦੇ ਆ, ਪਰ ਮੈਂ ਜੋ ਗੱਲ ਬਾਈ ਪ੍ਰੀਤ ਤੁਹਾਡੇ ਨਾਲ ਹੀ ਲਹਿਰਾ ਤੋਂ ਕੋਟ ਕਾਕਾ ਕਨੇਡਾ, ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਬਾਬਾ ਜੀ ਜਿਹੜੇ ਵੀ ਪਿੰਡ ਬਾਜੀ ਛੱਡਦੇ ਸੀ, ਹਾਂਜੀ, ਆਪਦਾ ਜੋੜਾ ਜੁੱਤੀ ਲਾ ਕੇ ਅਤੇ ਕਬੂਤਰ ਨੂੰ ਜਿਹੜਾ ਓਲਾ ਦਿੰਦੇ ਸੀ ਵੀ ਤੇਰਾ ਵੀ ਭਲਾ, ਨਗਰ ਦਾ ਭਲਾ, ਉਹ ਕੀ ਕਾਰਨ ਸੀ, ਕੀ ਵਜ੍ਹਾ ਸੀ ਉਸ ਗੱਲ ਕਹਿਣ ਦਾ? ਨਹੀਂ ਉਹਨਾਂ ਦੇ ਦਿਲ 'ਤੇ ਚੜ੍ਹੀ ਸੀ, ਉਹ ਹਰੇਕ ਨਗਰ ਦਾ ਹੀ ਭਲਾ ਚਾਹੁੰਦੇ ਸੀ, ਜਦੋਂ ਕਬੂਤਰ ਨੂੰ ਪਾਣੀ ਦੇਣਾ, ਪਾਣੀ ਦੇ ਕੇ ਜੁੱਤੀ ਲਾ ਲੈਣੀ, ਉਹਨਾਂ ਨੇ ਜਦੋਂ ਓਲਾ ਮਾਰਨਾ, ਪੰਚਾਇਤ ਪਿੰਡ 'ਚ ਬੈਠੇ ਹੁੰਦੇ ਬਹੁਤ ਬਜ਼ੁਰਗ ਦੇਖਦੇ, ਕਹਿ ਦਿੰਦੇ ਲੈ ਵੀ ਫਕਰਾ ਤੇਰਾ ਵੀ ਭਲਾ ਅਤੇ ਨਗਰ ਦਾ ਵੀ ਭਲਾ, ਉਹਨਾਂ ਦਾ ਇਹ ਕਹਿਣਾ ਸੀ। ਇੱਕ ਉਹਨਾਂ 'ਚ ਇਹ ਖੂਬੀ ਸੀ ਵੀ ਜੇ ਜਿੱਤ ਆਉਂਦੀ ਆ 100 ਆਉਂਦਾ 50 ਆਉਂਦਾ ਵੀ ਤੁਹਾਨੂੰ ਕੋਈ ਆ ਕੇ ਸਾਂਝੀ ਕਹਿੰਦਾ ਤੁਸੀਂ ਉਹਦੀ 2 ਰੁਪਈਏ ਵੰਡ ਲਓ, ਕਿਸੇ ਨਾਲ ਅੜੋ ਨਾ, ਵਹਿਸ਼ਬਾਜ਼ੀ ਨਾ ਕਰੋ, ਜਿਹੜੇ 4 ਰੁਪਈਏ ਆਉਂਦੇ ਆ 5 'ਚ ਵੰਡੀ ਜਾਂਦੀ ਹੈ ਚਾਹੇ 2 'ਚ ਵੰਡੀ ਜਾਂਦੀ ਹੈ, ਜੇ 'ਚ ਪਾਓ ਅਤੇ ਆਰਾਮ ਆਰਾਮ ਕਰਕੇ ਆਪਾਂ ਘਰੇ ਚੱਲੋ ਜੀ, ਸਮੇਂ ਨਾ ਜਾਈਏ। 2-2, 2:30, 2:30 ਵਜੇ ਬਾਜੀਆਂ ਨਿਬੜ ਜਾਂਦੀਆਂ ਸੀ ਤਕਰੀਬਨ। ਇੱਕ ਤੁਸੀਂ ਜ਼ਿਕਰ ਕੀਤਾ ਸੀ ਵੀ ਜਦੋਂ ਘਰੋਂ ਤੁਰਦੇ ਸੀ ਪਿੰਜਰਾਂ ਨਹੀਂ ਕਿਸੇ ਨੂੰ ਫੜਾਉਂਦੇ ਸੀ, ਉਹ ਕੀ ਕਾਰਨ ਸੀ?
ਬਸ ਉਹਨਾਂ ਦੀ ਸੋਚ ਹੀ ਇਹ ਸੀ, ਨਾ ਤਾਂ ਉਹ ਕਿਸੇ ਨੂੰ ਦੇਖਣ ਦਿੰਦੇ ਸੀ ਕਬੂਤਰ। ਪਿੰਡ ਜਦੋਂ ਜਗ੍ਹਾ 'ਤੇ ਕਿਤੇ ਜਾ ਕੇ ਵਿੱਚ ਰੱਖਤਾ, ਧਰਮਸ਼ਾਲਾ 'ਚ ਚਾਹੇ ਕਿਤੇ ਜਗ੍ਹਾ 'ਤੇ ਰੱਖਤਾ, ਮੰਜੇ 'ਤੇ ਰੱਖਤਾ, ਉਹ ਆਸੇ ਪਾਸੇ ਦੇਖ ਲੈਂਦੇ ਵੀ ਬਾਬਾ ਆ ਗਿਆ। ਇਹ ਐਂ ਦੇਖੀ ਜਾਂਦੇ ਬਾ ਝੱਕ ਕੇ ਪਿੰਜਰਾ, ਪਿੰਜਰਾ ਨਹੀਂ, ਉਹ ਕਬੂਤਰ ਨਹੀਂ ਦੇਖਣ ਦਿੰਦੇ ਸੀ, ਸਾਨੂੰ ਵੀ ਨਹੀਂ ਦੇਖਣ ਦਿੰਦੇ ਸੀ। ਅਤੇ ਜਦੋਂ ਕੋਈ ਉਹਨਾਂ ਨੇ ਆਪਦਾ ਕਿਤੇ ਰੈਸਟ ਕਰਨੀ ਚਾਹੇ ਪਾਣੀ ਪੀਣਾ, ਉਦੋਂ ਵੀ ਸਾਨੂੰ ਫੜ ਕੇ ਕਹਿ ਦੇਣਾ ਵੀ ਇਹਨੂੰ ਖੜ੍ਹਾ ਰਹਿਣਾ, ਹਿਲਾਉਣਾ ਨਹੀਂ ਅਤੇ ਨਾ ਥੱਲੇ ਧਰਨਾ। ਉਹਦੀ ਫੜ ਲੈਣਾ ਉਹਨਾਂ ਨੇ ਇਸ ਤਰ੍ਹਾਂ ਕਬੂਤਰ ਨੂੰ ਲਿਜਾਣਾ ਜਿਵੇਂ ਵੀ ਆਮ ਆਪਾਂ ਇੱਕ ਘਰ ਬੈਠੇ ਹੁੰਦੇ ਹਾਂ, ਕਬੂਤਰ ਨੂੰ ਹਿੱਲਣ ਨਹੀਂ ਦੇਣਾ। ਉਹਨਾਂ ਦੀ ਆਪਦਾ ਕੋਈ ਟੈਕਨੀਕਲ ਪੁਆਇੰਟ ਸੀ ਉਹਨਾਂ ਦਾ, ਜਿਹਨੂੰ ਹੁਣ ਤਾਂ ਤਕਰੀਬਨ ਸਾਰੀ ਸਮਝ ਗਏ ਜੀ। ਮਤਲਬ ਉਹ ਕਿਸੇ ਨੂੰ ਵਿਖਾਉਂਦੇ ਨਹੀਂ, ਵਿਖਾਉਂਦੇ ਨਹੀਂ ਸੀ। ਹਾਂ ਜੀ, ਕਬੂਤਰ ਨਹੀਂ, ਨਾ ਸਾਨੂੰ ਵੀ ਨਹੀਂ ਉਹ ਚੱਕਣ ਦਿੰਦੇ ਸੀ ਕੱਪੜਾ ਜੀ। ਜਦੋਂ ਅਸੀਂ ਦੁਪਹਿਰੇ ਜਾਂਦੇ ਜਾਏ ਤੋਂ 10-11 ਵਜੇ ਤੁਰ ਪੈਂਦੇ, ਗਿੱਲਾ ਕੱਪੜਾ ਕਰ ਲੈਂਦੇ, ਇੱਥੋਂ ਡੱਗੀ ਤੋਂ ਭਿਉਂ ਲੈਂਦੇ ਜੀ, ਉੱਪਰ ਪਿੰਜਰੇ ਦੇ ਲੈਂਦੇ, ਜਿੱਥੇ ਰਾਹ 'ਚ ਸੁੱਕ ਗਿਆ 10 ਕਿਲੋਮੀਟਰ ਫੇਰ ਜਾ ਕੇ ਉੱਪਰ ਉਹ ਕਰ ਦਿੰਦੇ। ਜਦੋਂ ਬਾਜ਼ੀਆਂ ਆਪਾਂ ਛੱਡਦੇ ਸੀ, ਤੁਸੀਂ ਬਹੁਤ ਕਾਫੀ ਬਾਜ਼ੀਆਂ ਦੱਸੀਆਂ ਸੀ ਬਾਬਾ ਜੀ ਦੇ ਨਾਲ ਛੱਡੀਆਂ, ਉਹਨਾਂ ਸਮਿਆਂ ਦੇ ਵਿੱਚ ਕੋਈ ਖਿਡਾਰੀ ਨੇ ਬਾਬੇ ਦਾ ਕਬੂਤਰ ਉੱਡੀ ਜਾਂਦਾ ਹੋਵੇ ਵੰਡਣ ਨੂੰ ਕਿਹਾ ਹੋਵੇ ਅਤੇ ਬਾਬਾ ਜੀ ਨੇ ਬਾਜ਼ੀ ਵੰਡ ਲਈ ਹੋਵੇ, ਕੋਈ ਉਹੋ ਜਿਹੀ ਗੱਲ ਬਾਜ਼ੀ ਦੀ ਸਮਝ? ਤਕਰੀਬਨ ਸਾਰਿਆਂ ਨਾਲ ਹੀ ਜੀ, ਕਿਸੇ ਨਾਲ ਨੌਬਤ ਆਈ ਨਹੀਂ ਇਹ ਜੀ ਵੀ ਕਿਤੇ ਬਾਬਾ ਜੀ ਨਾ ਬਾੜੀ ਕਿਸੇ ਨੂੰ। ਬੇਸ਼ੱਕ ਸਾਰਿਆਂ ਨੂੰ ਚੰਗਾ ਕਹਿ ਦਿੰਦਾ ਸੀ ਵੀ ਧੰਨਾ ਸਿਉਂ ਤੇਰਾ ਕਬੂਤਰ ਮਾੜਾ ਬਹਿੰਦਾ ਵੀ ਬਹਾ ਲਈਏ, ਅਤੇ ਤਕਰੀਬਨ ਨਿਗਾਹ ਸਾਡੀ ਆਉਂਦੀ ਸੀ, ਉੱਚੇ ਉੱਚੇ ਐਂਟੀਨੇ ਹੁੰਦੇ ਸੀ ਆ ਕੇ, ਕਈ ਵਾਰੀ ਠਾੜ ਵਾਲੇ ਕਹਿ ਦਿੰਦੇ ਵੀ ਧੰਨੇ ਵਾਲਾ ਕਬੂਤਰ ਵੀ ਉਹ ਬਹਿੰਦਾ ਐਂਟੀਨੇ ਨੂੰ, ਕਹਿ ਦਿੰਦਾ ਵੀ ਬਹਾ ਲਓ ਜਿਵੇਂ ਬਣਦੇ ਆ ਜਿਹੜੇ ਲੈ ਲਓ 2 ਰੁਪਏ। ਹਾਲਾਂਕਿ ਸਾਰਿਆਂ ਨੂੰ ਚੰਗਾ ਵੀ ਹੁੰਦਾ ਸੀ, ਬਰਾਬਰ ਵੀ ਹੁੰਦੇ ਸੀ ਕਬੂਤਰ, ਕਦੇ ਨਹੀਂ ਉਹਨਾਂ ਨੇ ਕਿਸੇ ਕਿਸਮ ਦੀ ਉਹ ਭਿੰਤੂ ਪ੍ਰਾਂਤੀ ਕੀਤੀ ਕਿਸੇ ਨੇ। ਸਾਰੇ ਕਬੂਤਰਾਂ ਦਾ ਸ਼ੌਕ ਜਿਹੜਾ ਉਹਨਾਂ ਦੇ ਪੋਤਰੇ ਨੂੰ ਹੈ ਜੀ, ਉਹਨਾਂ ਨੇ ਬੱਚੇ ਕਢਾਉਣ ਨੂੰ ਵੀ ਰੱਖੇ ਹੈ ਤੇ ਸ਼ੌਕ ਨੂੰ ਵੀ ਰੱਖੇ ਹੈ, ਦੋਨੇ ਕੰਮ ਲੈਂਦੇ ਜੀ ਇਹਨਾਂ ਤੋਂ। ਬਹੁਤ ਵਧੀਆ ਜੀ, ਸ਼ੌਕ ਵੀ ਹੈ ਅਤੇ ਨਾਲੇ ਜਾਨਵਰ ਵਿਹੜੇ 'ਚ ਫਿਰਦੇ ਵੀ ਸੋਹਣੇ ਸੋਹਣੇ ਲੱਗਦੇ ਜੀ ਸਾਰਿਆਂ ਦਾ। ਤੁਸੀਂ ਨਾ ਉਹ ਲਓ ਬਜ਼ੁਰਗੋ, ਤੁਸੀਂ ਵੀ ਆ ਜਾਓ ਗੁਰਚਰਨ ਸਿੰਘ ਜੀ, ਬਾਬਾ ਜੀ ਤੁਸੀਂ ਇੱਕ ਵਾਰੀ ਕਬੂਤਰ ਵਿਖਾ ਦਿਓ, ਆਪਾਂ ਉਹਨਾਂ ਵੀਰਾਂ ਨਾਲ ਗੱਲਬਾਤ ਕਰਦੇ। ਲਓ ਜੀ ਬਾਬਾ ਜੀ ਧੰਨਾ ਮਹਿਰਾਜ, ਜਿਨ੍ਹਾਂ ਦੇ ਲਾਲਚੀ ਨੇ ਹੋਏ ਸੀ ਮਸ਼ਹੂਰ, ਆਓ ਅੱਜ ਉਹਨਾਂ ਦੇ ਖੁਦ ਘਰੋਂ ਆਪਾਂ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਉਹਨਾਂ ਕਬੂਤਰਾਂ ਦੇ। ਬਾਬਾ ਜੀ ਦਾ ਜਿਹੜਾ ਪੋਤਰਾ ਹੈ ਆਪਾਂ ਨੂੰ ਗੱਲਬਾਤ ਦੱਸਦੇ ਨੇ ਕਬੂਤਰਾਂ ਬਾਰੇ ਜੀ। ਸਭ ਤੋਂ ਪਹਿਲਾਂ ਤਾਂ ਵਿਖਾਈਏ ਤੁਹਾਨੂੰ ਇਹ ਹੈ ਬਾਬਾ ਜੀ ਜੋ ਧੰਨਾ ਮਹਿਰਾਜ, ਉਹਨਾਂ ਦੇ ਲਾਲਚੀ ਨੇ, ਇਹਨਾਂ ਦੀਆਂ ਜਿਹੜੀਆਂ ਅੱਖਾਂ ਚਿੱਟੀਆਂ ਅਤੇ ਖੱਟੀਆਂ ਜਾਂ ਖੱਟੀਆਂ ਪੀਲੀ ਵੀ ਅਤੇ ਲਾਲਚੀ ਨੇ ਜੀ। ਆ ਗਏ ਜੀ ਗੂੜੀਆਂ ਹਿੱਕਾਂ ਵਾਲੇ ਜੀ, ਜਿਹੜੀ ਆਪਣੀ ਕਬੂਤਰੀ ਜੀ ਜਿਹੜਾ ਦੱਸਦੇ ਆ ਜੀ ਲਾਲ ਚੀਨਾ ਇਹਨਾਂ ਦਾ ਹੋਇਆ ਸੀ ਮਸ਼ਹੂਰ, ਚਿੱਟੀਆਂ ਅੱਖਾਂ ਦਾ ਸੀ ਉਹ ਪੀਲੀਆਂ ਅੱਖਾਂ, ਇਹ ਅੱਖਾਂ ਚਿੱਟੀਆਂ ਵੀ ਕੱਢ ਦਿੰਦੇ ਆ ਜੀ, ਅੱਖਾਂ ਪੀਲੀਆਂ ਵੀ ਕੱਢ ਦਿੰਦੇ ਆ। ਝੰਗੜ ਮੈਂ ਪਹਿਲੀ ਵਾਰ ਛੱਡਿਆ ਵੇਖਿਆ, ਬੜਾ ਉੱਡਿਆ ਵੀ ਹੋਣਾ ਆ। ਇਧਰੋਂ ਅੱਖ ਵੀ ਵਿਖਾ ਦਿਓ, ਇਹਦੀ ਫਿੱਕੀ ਖੱਟੀ ਆ ਜੀ, ਉਹਦੀ ਬਿਲਕੁਲ ਚਿੱਟੀ ਅੱਖ ਜਿਹੜੀ ਕਿ ਇਹਨਾਂ ਦਾ ਇੱਕ ਮੂਹਰੋਂ ਗੂੜੀ ਆ ਜੀ ਪੂਰੀ ਲਾਲ, ਤੇ ਪੂਛ ਜਿਹਨੂੰ ਆਪਾਂ ਸੋਹਾ ਰੰਗੀ ਕਹਿ ਸਕਦੇ, ਸੋਹਾ ਵਰਗਾ ਛੋਟੇ ਹੁੰਦੇ ਜ਼ਿਆਦੇ ਵੀ ਇੱਕੋਂ ਗੂੜੇ ਕੱਢ ਜਾਂਦੇ ਸੀ ਇਹ ਜੀ, ਜਿਹੜੇ ਕਿ ਪੰਜਾਬ 'ਚ ਲਾਲ ਚੀਨੇ ਜਿਵੇਂ ਬਾਠੀ ਮਸ਼ਹੂਰ ਹੋਏ ਵੇ ਆ, ਜਿਵੇਂ ਸਾਰੇ ਲਾਲ ਚੀਨਾ ਉਹ ਆਪਣੇ ਵਾਲੇ ਲਾਲ ਚੀਨੇ ਦੀ ਬਲੱਡ ਲੈਣਾ ਸਾਰੇ ਪੰਜਾਬ 'ਚ ਜੀ। ਉਸ ਤੋਂ ਬਾਅਦ ਆ ਗਏ ਜੀ ਰੱਤੇ, ਰੱਤੇ ਮੌਜੇ, ਮੌਜ ਵੀ ਆ ਜੀ ਪੈਰਾਂ ਤੇ, ਕੋਈ ਨਾ ਕੋਈ ਡੱਕਾ ਕੱਢ ਜਾਂਦੇ ਜੀ, ਰੱਤੇ
ਜਿਹੜਾ ਕਿ ਜੋੜੇ ਲੱਗਿਆ ਹੋਇਆ ਜੀ। ਕਬੂਤਰੀ ਚਿੱਟੀ ਅੱਖ ਦੀ ਹੈ ਜੀ ਅਤੇ ਕਬੂਤਰ ਹੈ ਪੀਲੀ ਅੱਖ ਦਾ। ਬਾਬਾ ਜੀ ਧੰਨਾ ਮਹਿਰਾਜ ਦੇ ਜਿਹੜੇ ਕਬੂਤਰ ਹੈ ਜਾਲੀ ਦੇ ਵਿੱਚ, ਚਲੋ ਉਹ ਜਾਲੀ 'ਚ ਹੈਗੇ ਆ ਕਬੂਤਰ, ਉੱਥੇ ਥੋੜੇ ਜਿਹੇ ਕੌਫੀ ਕਲਰ 'ਚ ਆ ਗਏ। ਲਓ ਜੀ ਅੱਗੇ ਤੁਹਾਨੂੰ ਵਿਖਾਉਂਦੇ ਹਾਂ ਜੀ ਕੌਫੀ ਕਲਰ। ਅਤੇ ਬਾਬਾ ਜੀ ਧੰਨਾ ਮਹਿਰਾਜ ਦੇ ਜਿਹੜੇ ਕਬੂਤਰ, ਘਰ ਦੇ ਕਬੂਤਰ ਹੈ ਜੀ, ਇਹਨਾਂ ਦੀਆਂ ਜਿਹੜੀਆਂ ਅੱਖਾਂ ਫਿੱਕੀਆਂ ਪੀਲੀਆਂ ਜੀ, ਫਿੱਕੀਆਂ ਪੀਲੀਆਂ। ਅਤੇ ਇਹਨਾਂ ਦੇ ਵੀ ਪੈਰਾਂ 'ਤੇ ਥੋੜ੍ਹੇ ਥੋੜ੍ਹੇ ਹੈਗੇ ਆ, ਕੱਢ ਜਾਂਦੇ ਜੀ, ਕੱਢ ਜਾਂਦੇ ਆ, ਕਾਲੀਆਂ ਕੋਲਾਂ ਵੀ ਕੱਢ ਜਾਂਦੇ ਆ, ਇਹ ਕਾਲੀਆਂ ਕੋਲਾਂ ਵੀ ਕੱਢ ਜਾਂਦੇ ਜੀ ਜੀ, ਉਹ ਵੀ ਵਿਖਾਉਂਦੇ ਜੀ। ਇਹ ਝੂਏ ਬਣੇ ਆ ਕਾਲੇ ਚੀਨਾ ਲਾਲ ਚੀਨਾ 'ਚ ਬਣੇ ਹੋਏ ਕੋਲਾਂ, ਕਾਲੀਆਂ ਵਿੱਚੋਂ ਹੀ ਬਣੇ ਨੇ। ਲਓ ਜੀ ਆਹ ਬਾਬਾ ਜੀ ਦੀਆਂ ਕੋਲਾਂ, ਇਹ ਕਾਲੇ ਚੀਨੇ ਵੀ ਨਿਕਲ ਜਾਂਦੇ ਜੀ, ਕਾਲੇ ਵੀ ਨਿਕਲ। ਹਾਂਜੀ ਹਾਂਜੀ, ਇਹ ਛੋਟੇ ਹੁੰਦੇ ਤਾਂ ਕਾਲੇ ਹੀ ਹੁੰਦੇ, ਬਾਅਦ 'ਚ ਕਾਲੇ ਚੀਨੇ ਹੁੰਦੇ ਆ ਉਹ ਜਿਵੇਂ ਕਬੂਤਰੀ ਹੈ, ਬਾਅਦ ਵਿੱਚ ਕਾਲੇ ਚੀਨੇ, ਬਾਅਦ 'ਚ ਚਿੱਟੀ ਹੋ ਜਾਂਦੀ ਉੱਤੋਂ, ਪੇਟੀ ਰੱਖ ਜਾਂਦੇ। ਹੋ ਗਿਆ ਜੀ ਪੂਰਾ ਜੂਮ ਹੋਇਆ ਸੀ, ਉਸੇ ਦੀ ਬਲੱਡ ਲੈਣਾ ਹੈ ਜੀ, ਪੋਤਾ ਉਹਦਾ ਜੀ ਜਿਹੜੇ ਵੱਡੇ ਦਾ। ਨਹੀਂ 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 ਨਹੀਂ, ਨਿਕਲਦਾ ਉੱਥੋਂ, ਪੂਰਾ ਫੋਕਸ ਕਰ ਲਿਓ ਜੀ ਇਹਨਾਂ ਦੀਆਂ ਅੱਖਾਂ। ਹਾਂਜੀ ਹਜ਼ਾਰ ਵਾਲਿਆਂ ਦਾ ਜੋੜਾ ਜੀ, ਜਮਾਂ ਪਿਓਰ, ਜਮਾਂ ਪਿਓਰ ਹਜ਼ਾਰ ਵਾਲੇ ਜੋੜਾ ਜੀ। ਇੱਕ ਜੋੜਾ ਹਾਈ ਹੈ, ਦੂਜਾ ਇਹ ਵੀ ਇਹਨਾਂ ਚੋਂ ਹੀ ਹੈ ਜੀ। ਇਹ ਕਾਣਾ ਕਬੂਤਰਾ ਸਾਡਾ ਵੱਡਾ ਹੋ ਗਿਆ ਜੀ, ਇੱਕ ਅੱਖੋਂ ਕਾਣਾ ਹੈ। ਨਾਲ ਦੇਖੋ ਸਾਡੇ ਕੈਮਰਾਮੈਨ ਜੀ ਸ਼ੂਟ ਕਰ ਰਹੇ ਆ, ਅਤੇ ਨਾਲ ਹੀ ਕਬੂਤਰਾਂ ਦੀ ਇੰਟਰੋ ਕਰਵਾ ਰਹੇ ਨੇ ਬਾਬਾ ਜੀ ਧੰਨਾ ਮਹਾਰਾਜ ਦੇ ਬੇਟੇ ਅਤੇ ਉਹਨਾਂ ਦੇ ਪੋਤਰੇ। ਹਾਂਜੀ ਹਜ਼ਾਰ ਵਾਲੇ ਆਈ, ਦੋਨੋਂ ਹਜ਼ਾਰ ਵਾਲੇ ਪੁੱਤਰ ਆ, ਨਾਰਾ ਜੀ ਦੋਨੋਂ ਹੈ, ਖੱਟੀ ਅੱਖ ਦੇ, ਇੱਕ ਥੋੜ੍ਹਾ ਪੀਲੀ 'ਚ, ਇੱਕ ਖੱਟੀ ਅੱਖ 'ਚ। ਇਹਨਾਂ ਦਾ 45-46 ਡਿਗਰੀ ਟੈਂਪਰੇਚਰ ਨੂੰ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਦੇ, ਇਹ ਕਬੂਤਰਾਂ ਦਾ। ਲਓ ਜੀ ਪਹਿਲਾਂ ਤਾਂ ਇਹਨਾਂ ਦਾ ਤੁਸੀਂ ਚੈੱਕ ਕਰੋ ਸਾਈਜ਼, ਸਾਈਜ਼ ਦੇਖੋ ਜੀ ਬੜਾ ਹੀ ਲੰਮਾ। ਇਹ ਬਾਬਾ ਜੀ ਦੇ ਕਿਹੜੇ ਕਬੂਤਰ ਹੈ? ਇਹ ਹਜ਼ਾਰ ਵਾਲੀ, ਇਹ ਹਜ਼ਾਰ ਵਾਲੇ। ਹਾਂਜੀ ਹਾਂਜੀ, ਹਜ਼ਾਰ ਵਾਲੇ ਸੁਣਿਆ ਸੀ ਕਿ ਚਿੱਟੀਆਂ ਅੱਖਾਂ ਦੇ ਜ਼ਿਆਦਾ। ਨਹੀਂ ਜੀ, ਭਾਈ ਸਾਹਿਬ ਨੇ ਜਿਹੜੀ ਕਬੂਤਰੀ ਮਿਲਾਈ ਸੀ ਪੁੰਨੂ ਵਾਲਿਆਂ 'ਚੋਂ, ਵੱਡੇ ਹਜ਼ਾਰ ਵਾਲੇ ਨਾ, ਉਹ ਖੱਟੀਆਂ ਦੀ ਸੀ, ਉਹ ਖੱਟੀਆਂ ਦੀ। ਹਾਂ, ਇਹ ਹੁਣ ਖੱਟੀ ਅਤੇ ਚਿੱਟੀ ਦੋਨੇ ਕੱਢਦੇ ਆ, ਖੱਟੀ ਵੀ ਕੱਢਦੇ, ਚਿੱਟੀ ਵੀ ਕੱਢਦੇ, ਬਰੜਾ ਵੀ ਕੱਢ ਜਾਂਦੇ ਕੋਈ, ਖੱਟੀ ਗਲੀ ਦਾ ਬਰੜਾ। ਚੰਗੀ ਤਰ੍ਹਾਂ ਦਿਖਾਓ ਜੀ ਇਹਨਾਂ ਦੇ ਜਿਹੜੇ ਕਬੂਤਰ ਆ, ਤੁਸੀਂ ਸਾਈਜ਼ ਚੈੱਕ ਕਰੋ ਜੀ ਪਹਿਲਾਂ ਦਾ ਕਬੂਤਰਾਂ ਦਾ। ਇੱਕ ਵਾਰੀ ਇੱਕ ਦਿਖਾਉਣ ਦਿਓ ਜੀ। ਲਓ ਜੀ ਸਭ ਤੋਂ ਪਹਿਲਾਂ ਤਾਂ ਅੱਖਾਂ ਚੈੱਕ ਕਰੋ ਜੀ, ਫਿੱਕੀ ਫਿੱਕੀਆਂ ਖੱਟੀਆਂ ਅੱਖਾਂ ਜੀ, ਅਤੇ ਸ਼ਾਇਦ ਆਹ ਦੇਖੋ ਜੀ ਇੱਕ ਗਿੱਠ ਮੇਰੇ ਪਿੱਛੇ ਰਹਿ ਗਈ ਆ ਜੀ ਕਬੂਤਰ ਤੋਂ, ਉਦੋਂ ਬਾਅਦ ਚਾਰ ਉਂਗਲਾਂ ਪੂਰੇ ਇੱਕ ਫੁੱਟ ਦਾ ਬਣ ਗਿਆ ਜੀ, ਇੱਕ ਗਿੱਠ ਕਹਿੰਦੇ ਆ, ਅਤੇ ਜੇ ਇੱਕ ਹੁੰਦੇ ਜੀ 12-13 ਇੰਚ ਦਾ ਹੁੰਦਾ ਜੀ, 12-13 ਇੰਚ ਦਾ ਕਬੂਤਰ, 13-13 14-14 ਪੂੰਝੇ ਜੀ ਕੱਢ ਜਾਂਦੇ ਆ, 14-14 ਕੱਢਦੇ ਪੂੰਝਦੇ ਜੀ ਜੀ। ਹਜ਼ਾਰ ਵਾਲੀ ਦੀ ਖਾਸੀਅਤ ਇਹ ਵੀ ਲੰਮਾ ਹੋਵੇ ਜੀ, ਹਜ਼ਾਰ ਵਾਲਾ ਕਬੂਤਰ ਦੀ ਖਾਸੀਅਤ ਲੰਮਾ ਹੋਵੇ ਜੀ, ਲੰਮੇ ਆ ਜੀ, ਗੋਟਰਾ ਕਬੂਤਰ ਹਜ਼ਾਰ ਵਾਲਾ ਨਹੀਂ ਜੀ, ਲੰਮਾ ਕਬੂਤਰ। ਹਾਂਜੀ ਲੰਮਾ, ਆਹ ਦੇਖੋ ਜੀ ਨਾਲ ਹੀ ਥੋੜ੍ਹੀ ਜਿਹੀ ਪੂਛ ਝੜੀ ਵੀ ਹੈ ਤਾਂ ਕਰਕੇ ਜੂੜਾ ਲੱਗਦਾ ਜੀ, ਇਹ ਪੂਛ ਝੜੀ ਹੈ। ਇਹ ਕਬੂਤਰੀ ਜਾਂ ਕਬੂਤਰ? ਇਹ ਵੀ ਕਬੂਤਰੀ ਹੈ, ਇਹ ਨਾ ਰਹਿ ਹਾਂਜੀ, ਕਬੂਤਰੀਆਂ ਇਹਨਾਂ ਨਾਲ ਚਿੱਟੀਆਂ ਨਹੀਂ ਲੱਗੀਆਂ ਜੀ 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 ਜੀ। ਦੇਖੋ ਜੀ ਬਾਬਾ ਜੀ ਧੰਨਾ ਨੇ ਕਿਹੋ ਕਿਹੋ ਜਿਹੀਆਂ ਨਸਲਾਂ ਜੋ ਅੱਜ ਵੀ ਸਾਂਭ ਕੇ ਰੱਖੀਆਂ ਹੋਈਆਂ, ਕਾਫੀ ਵੀਰਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਕਬੂਤਰ ਅੱਜ ਵੀ ਰੱਖੇ ਆ ਜਾਂ ਨਹੀਂ ਰੱਖੇ। ਇਹਨਾਂ 'ਚੋਂ 1000 ਰੁਪਇਆ ਮੁੱਢ ਪਹਿਲੀ ਵਾਰ 1996 'ਚ ਛੁੱਟੀ ਸੀ ਭੁੱਚੋ ਖੁਰਦ ਜੀ, ਆਪਣਾ ਇਕੱਲਾ ਹੀ ਰਹਿ ਗਿਆ ਸੀ ਕਬੂਤਰ ਉੱਥੇ ਜੀ, ਸਾਰੇ ਕਬੂਤਰਾਂ ਨੂੰ ਜਿੱਤ ਗਏ ਜੀ। ਉਹਨਾਂ ਦੇ
ਕਾਫੀ ਮੌਜ ਆ ਪੈਰਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆਪਾਂ ਫੁੱਲ ਮੌਜੇ ਕਹਿ ਸਕਦੇ ਹਾਂ ਇਹ ਕਿਹੜੀ ਨਸਲ ਲੈ ਕੇ ਆਏ ਹੋ ਇਹ ਤਾਂ ਜੀ ਆਪਣੇ ਆਪਦਿਆਂ ਚੋਂ ਕੱਢਿਆ ਇਹ ਬਾਬੇ ਤੋਂ ਲਿਆਂਦਾ ਸੀ ਸੰਤੋਖ ਤੋਂ ਜੀ ਇੱਧਰ ਦੇਖੋ ਜੀ ਖੱਟੀ ਅੱਖ ਚੁੰਝ ਦੇ ਵਿੱਚ ਕਿਤੇ ਕਿਤੇ ਕਾਲਾਪਨ ਦਿਖਾ ਰਹੀ ਹੈ ਕਿਤੇ ਕਿਤੇ ਤੇ ਫੁੱਲ ਮੌਜ ਆ ਜੀ ਲੱਕੜਾਂ ਸਾਰੀਆਂ ਹੀ ਮੌਜ ਕੱਢੀ ਸਾਰੀਆਂ ਨਹੀਂ ਜੀ ਘੱਟ ਡੱਕੇ ਕੱਢਦੇ ਸੀ ਪਰ ਆਹੀ ਇਕੱਲੀ ਨਿਕਲੀ ਇੰਨੀ ਇਹ ਫੁੱਲ ਜ਼ਿਆਦਾ ਕੱਢੀ ਡੱਕੇ ਨਿਕਲਦੇ ਸੀ ਇਕੱਲੇ ਫੰਦ ਘੱਟ ਹੁੰਦੇ ਇਕੱਲੇ ਡੱਕੇ ਜੇ ਕੱਢਦੇ ਲੋ ਜੀ ਆਹ ਲੱਕੜਾਂ ਮਸ਼ਹੂਰ ਹੋਈਆਂ ਸੀ ਕਿ ਉੱਡਣ ਨੂੰ ਇਹ ਲੱਕੜ ਰੱਖੇ ਆ ਜੀ ਸਰੀਰ ਦੀਆਂ ਪਤਲੀਆਂ ਸੀ ਇਹਨਾਂ ਦੀ ਆਹ ਲੱਕੜਾਂ ਜੀ ਇਹ ਕਬੂਤਰੇ ਦੇ ਨਾਲ ਲੱਗਿਆ ਹੋਇਆ ਇਹ ਬਾਬੇ ਕਹਿਣ ਤੇ ਇਹ ਕਬੂਤਰ ਲੈ ਕੇ ਆਏ ਜੀ ਮੌਜ ਇਹਦੇ ਪੈਰਾਂ 'ਤੇ ਹੈ ਅਤੇ ਛਾ ਅੱਖਾਂ ਹਾਂਜੀ ਬਜ਼ੁਰਗ ਆਪਣੇ ਨਾਲ ਹੀ ਖੜੇ ਸੀ ਉਹ ਬਾਈ ਇਹ ਜਿਹੜੇ ਬਾਬੇ ਵਾਲੇ ਨਿਹੰਗਾਲੇ ਵੱਜਦੇ ਆ ਮੌਜੇ ਨਿਹੰਗਾਲੇ ਪਹੁੰਚੇ ਵੱਜਦੇ ਆ ਹਾਂਜੀ ਉਹਨਾਂ ਤੋਂ ਕਬੂਤਰੀ ਅਤੇ ਮੈਂ ਜੋੜਾ ਲਿਆਂਦਾ ਸੀਗਾ ਜੀ ਉਹਨਾਂ ਦਾ ਬੱਚਾ ਕਢਾਇਆ ਹਾਂ ਬਾਬਾ ਜੀ ਨਿਹੰਗਾਲੇ ਮੌਜੇ ਨਾਲ ਇਹਨਾਂ ਨੇ ਕ੍ਰਾਸ ਜੋੜੇ ਪਹਿਲਾਂ ਵੀ ਬੱਚੇ ਕਢਾਏ ਆ ਨਹੀਂ ਪਹਿਲੀ ਵਾਰੀ ਮਿਲਾਇਆ ਜੀ ਪਹਿਲੀ ਵਾਰੀ ਹਾਂਜੀ ਹੁਣੇ ਮਿਲਾਇਆ ਜੀ ਜੀ ਇਹ ਸੀ ਲੱਕੜਾਂ ਜੀ ਇਹਨਾਂ ਦੀਆਂ ਕੁਛ ਕਬੂਤਰ ਤੁਹਾਨੂੰ ਅਸੀਂ ਇਕੱਲੇ ਇਕੱਲੇ ਵਿਖਾਵਾਂਗੇ ਬਾਕੀ ਤੁਹਾਨੂੰ ਖੁੱਡੇ ਦੇ ਵਿੱਚ ਵਿਖਾਵਾਂਗੇ ਕਬੂਤਰ ਲੱਕੜਾਂ ਜੀ ਅੱਖ ਦੇ ਵਿੱਚ ਦੇਖੋ ਮੂਹਰ ਨੂੰ ਦੋਨੇ ਅੱਖਾਂ 'ਚ 100% ਪਿਓਰ ਹੈ ਦੋਨੇ ਅੱਖਾਂ ਦੇ ਵਿੱਚ ਟੀਰ ਹੈ ਜੀ ਤੇ ਲੱਕੜਾਂ ਦੀ ਖਾਸ ਨਿਸ਼ਾਨੀ ਸਿਰ ਦੇ ਵਿੱਚ ਹੈ ਜੀ ਆਹ ਟੋਆ ਗੋਲ ਟੋਆ ਹੁੰਦਾ ਜੀ ਤੁਸੀਂ ਇੱਧਰ ਆਓ ਮਾੜਾ ਜਿਹਾ ਦੱਸੋ ਤੁਹਾਨੂੰ ਜ਼ਿਆਦਾ ਜਾਣਕਾਰੀ ਹੈ ਜੀ ਇਹ ਲੱਕੜ ਨਾ ਜਿਹੜਾ ਪਿਆ ਸੀ ਕਿਵੇਂ ਪਿਆ ਜੀ ਲੱਕੜ ਨਾ ਲੱਕੜ ਉਹ ਮਤਲਬ ਪਤਲੀ ਸੀ ਸਰੀਰ ਦੀ ਸਰੀਰ ਦੀ ਪਤਲੀ ਲਗਾਤਾਰ ਪੰਜ ਗਰਮੀ ਚ ਹੀ ਛੁੱਟੀ ਉਹ ਮਹੀਨੇ ਸਵਾ ਮਹੀਨੇ ਚ ਜੀ ਬਸ ਆਈ ਲੱਕੜ ਬਜ਼ੁਰਗ ਨੇ ਨਾ ਧਰਤਾ ਵੀ ਬਾਹਲੀ ਲੱਕੜ ਮਤਲਬ ਬਾਬਾ ਜੀ ਤਨਾ ਨੇ ਹੀ ਨਾ ਲੱਕੜ ਰੱਖਿਆ ਸੀ ਹਾਂਜੀ ਲੱਕੜ ਵੀ ਇਹ ਬਹੁਤ ਕਰੜੀ ਆ ਬਹੁਤ ਕਰੜੀ ਆ ਇਸ ਕਰਕੇ ਲੱਕੜ ਨਾ ਹਾਂਜੀ ਹਾਂਜੀ ਜੀ ਕਬੂਤਰਾ ਦੇ ਨਾਲ ਆ ਕਬੂਤਰਾ ਜੀ ਦੇ ਨਾਲ ਜੀ ਲੋ ਜੀ ਆ ਲੱਕੜਾਂ ਚੋਂ ਕਬੂਤਰ ਹਾਂਜੀ ਖਟੀਆਂ ਅੱਖਾਂ ਅਲਫਨੋਕੀ ਜਿਹੜੀ ਹੈਗੀ ਇਹਨਾਂ ਦੀ ਚੁੰਝ ਚੁੰਝ ਛੋਟੀ ਹੈ ਜੀ ਇਹ ਵਿੱਚ ਚੁੰਝ ਬਲੈਕ ਵੀ ਕੱਢ ਜਾਂਦੇ ਬਲੈਕ ਵੀ ਕੱਢਦੇ ਲੱਕੜ ਸੀ ਜਿਹੜੀ ਬਲੈਕ ਵਾਲੀ ਕੋਈ ਸੀ ਉਹ ਬਲੈਕ ਵਾਲੀ ਹਾਂ ਚਿੱਟੀਆਂ ਦੇ ਵੀ ਕੱਢਦੇ ਹੀ ਬਲੈਕ ਵੀ ਕੱਢਦੇ ਚਿੱਟੀਆਂ ਤੇ ਖੱਟੀਆਂ ਹਾਂਜੀ ਦੋ ਅੱਖਾਂ ਕੱਢਦੇ ਇਹ ਅੱਖਾਂ ਦਾ ਖੱਟੀਆਂ ਸੀ ਅੱਖਾਂ ਖੱਟੀਆਂ ਹੀ ਰਹਿੰਦੀਆਂ ਅੱਖਾਂ ਖੱਟੇ ਚੁੰਝ ਚਿੱਟੀ ਕੱਢਦੇ ਨੋ ਕੱਢੀਆਂ ਕੱਢਦੇ ਜੀ ਇਹ ਵੀ ਡੱਕੇ ਡੁੱਕੇ ਪੈਰਾਂ ਤੇ ਕੱਢਦੇ ਨਹੀਂ ਇਹ ਤਾਂ ਕੋਈ ਭਵੇਂ ਕੱਢਦੇ ਹੀ ਮਾੜਾ ਮੋਟਾ ਸਾਰੇ ਨਹੀਂ ਤੇ ਕਬੂਤਰੀ ਕੋਈ ਹਜ਼ਾਰ ਵਾਲਿਆਂ ਚੋਂ ਲੱਗ ਜੇ ਨਾ ਉਹ ਲੱਕੜਾਂ ਉਹ ਨਹੀਂ ਬਹੁਤ ਮਸ਼ਹੂਰ ਕਬੂਤਰ ਹੋਇਆ ਜੀ ਕੀ ਫਲਾਨਿਆਂ ਧਨੇ ਦੀਆਂ ਲੱਕੜਾਂ ਇਹ ਆ ਜੀ ਧਨੇ ਦੀਆਂ ਲੱਕੜਾਂ ਅੱਜ ਵਾਕਈ ਹੱਥ 'ਚ ਫੜ ਕੇ ਮਨ ਖੁਸ਼ ਹੋ ਗਿਆ ਹਾਂਜੀ ਸਭ ਤੋਂ ਪਹਿਲਾਂ ਇੱਕ ਵੀਰ ਹੋਰ ਆਇਆ ਕੀ ਨਾਂ ਜੀ ਆਪਣਾ ਮੇਰਾ ਪੂਰਾ ਨਾਂ ਤਾਂ ਯਾਦਵਿੰਦਰ ਸਿੰਘ ਹੈ ਜੀ ਜੀ ਤੂੰ ਸਾਰੇ ਏਰੀਏ 'ਚ ਜਿਉਂਦੇ ਬਾਰੀ ਛੱਡਦੇ ਜਾਦੂ ਮੋੜ ਦੇ ਨਾਮ ਨਾਲ ਹੀ ਜਾਣਦੇ ਕਿਉਂਕਿ ਮੈਂ ਮੋੜ ਮੰਡੀ ਦਾ ਰਹਿਣ ਵਾਲਾ ਜੀ ਅਤੇ ਇਹਨਾਂ ਦਾ ਮੈਂ ਸ਼ਾਗਿਰਦ ਮੇਰੇ ਉਸਤਾਦ ਨੇ ਬਾਬਾ ਜੀ ਧੰਨਾ ਤਾਂ ਚੇਲਾ ਬਣਾਇਆ ਇਹਨਾਂ ਦੇ ਤੁਸੀਂ ਹਾਂਜੀ ਇਹਨਾਂ ਦੇ ਸਰਦਾਰ ਸੰਤੋਖ ਸਿੰਘ ਸੰਤੋਖ ਸਿੰਘ ਜੀ ਲਓ ਜੀ ਹੁਣ ਤੁਹਾਨੂੰ ਆਪਾਂ ਵਿਖਾਉਂਦੇ ਹਾਂ ਬਾਬਾ ਜੀ ਜੋ ਧੰਨਾ ਸੀ ਉਹਨਾਂ ਦੇ ਡੱਬੇ ਇਹ ਚਿੱਟੀਆਂ ਅੱਖਾਂ ਦੀ ਸੀ ਜਾਂ ਖੱਟੀਆਂ ਵੀ ਕੱਢਦੇ ਨਹੀਂ ਛਾ ਅੱਖਾਂ ਹੁੰਦਾ ਜੀ ਛੋਟਾ ਹੁੰਦਾ ਮਗਰੋਂ ਟਾਂਕੇ ਪਾਉਂਦੇ ਆ ਜੀ ਅੱਛਾ ਜੀ ਮਗਰੋਂ ਆ ਇੱਧਰ ਤਾਂ ਅੱਖ ਦੇ ਵਿੱਚ ਟਾਂਕੇ ਪਾਏ ਆ ਜੀ ਹਾਂਜੀ ਤੇ ਇੱਧਰੋਂ ਇੱਕ ਚਿੱਟੀ ਕਰ ਗਿਆ ਸਾਰੀ ਇਹ ਇਹ ਛਾ ਅੱਖੇ ਸੀ ਸ਼ੁਰੂ ਹਾਂ ਇਹ ਵੀ ਚਿੱਟੀ ਕਰੂਗਾ ਜਿਹੜੀ ਰਹਿੰਦੀ ਹੈ ਇਹਦੀ ਜੀ ਇਹ ਵੀ ਲਾਲ ਚੀਨੀਆਂ ਚੋਂ ਡੱਬੇ ਇਹ ਲਹਿਦਾ ਬਲੱਡ ਲੈ ਲਹਿਦਾ ਬਲੱਡ ਹਾਂ ਇਹ ਲਹਿਦਾ ਸੀ ਇਹ ਕਿਹੜੇ ਕਬੂਤਰ ਵਜਦੇ ਡੱਬੇ ਵਜਦੇ ਇਹ ਪੁੰਨੂ ਵਾਲਾ ਚੋਂ ਪੁੰਨੂ ਵਾਲਾ ਉਹਨਾਂ ਚੋਂ ਸੀ ਉਹ ਕੱਢ ਜਾਂਦੇ ਸੀ ਡੱਬਾ ਆ ਪੁੰਨੂ ਵਾਲੇ ਕਬੂਤਰਾਂ ਚੋਂ ਜੀ ਡੱਬੇ ਕਬੂਤਰ ਇਹ ਮਤਲਬ ਡੱਬਿਆਂ ਨਾਲ ਡੱਬੇ ਲਾ ਕੇ ਸੀ ਇਹਨਾਂ ਦੀ ਲਾਈਨ ਅੱਡ ਡੱਬਿਆਂ ਦੀ ਬਣਾ ਲਈ ਜੀ 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 ਹਾਂਜੀ ਇਹ ਵੀ ਖੱਟਾ ਟਾਂਗ ਪਾਉਣਾ ਸ਼ੁਰੂ ਕਰਤਾ ਇਹਨੇ ਉਹ ਕਾਲਾ ਡੱਬਾ ਸੀ ਇਹ ਨੀਲਾ ਡੱਬਾ ਤੇ ਆ ਲਾਲ ਡੱਬਾ ਆ ਹਾਂਜੀ ਇਹ ਆਪਣੇ ਕਿੱਕਰ ਮਾਸਟਰਾਂ ਦੇ ਆ ਹਾਂ ਉਹ ਜਿਹੜੇ ਕਿੱਕਰ ਮਾਸਟਰ ਬਣੇ ਸੀ ਇਹਨਾਂ ਚੋਂ ਬਣੇ ਸੀ ਜਿਹੜੇ ਬਣੇ ਵੀ ਸੀ ਮਾਸਟਰ ਤਿਆਰ ਹਾਂਜੀ ਇੱਕ ਦੱਸਦੀ ਹੈ ਜਿਹੜਾ ਲਾਲ ਬਾਈ ਸਰਪੰਚ ਸਾਹਿਬ ਦਾ ਕਿੱਕਰ ਮਾਸਟਰ ਮਸ਼ਹੂਰ ਹੋਇਆ ਸੀ ਉਹ ਇਹਨਾਂ ਕਬੂਤਰਾਂ ਚੋਂ ਹੋਇਆ ਸੀ ਉਹ ਵੀ ਦੱਸਣ ਚ ਆਇਆ ਵੀ ਉਹ ਬਾਬਾ ਜੀ ਦਾ ਉੱਥੇ ਬਾਜੀ 'ਚ ਰਹਿ ਗਿਆ ਸੀ ਬਾਦਲ ਅਤੇ ਉਹਨਾਂ ਨੇ ਫੜ ਲਿਆ ਕਿੱਕਰ ਮਾਸਟਰ ਦੀ ਜਿਹੜੀ ਮੇਨ ਆਪਾਂ ਕਹਿ ਸਕਦੇ ਹਾਂ ਜੀ ਆ ਕਿੱਕਰ ਮਾਸਟਰਾਂ 'ਚੋਂ ਹੈ ਇੱਧਰਲੀ ਅੱਖ ਪੂਰੀ ਇਹਦੀ ਹਲੇ ਕਾਲੀ ਹੈ ਹਾਂਜੀ ਹਾਂਜੀ ਇੱਧਰਲੀ 'ਚ ਜਿਹੜੀ ਆ ਟਾਂਕ ਖੱਟੀ ਕਰ ਗਿਆ ਜੀ ਇਹ
ਡੱਬੀ ਬਾਬੇ ਕਹਿਣਾ ਜੋ ਇੱਕ ਆ ਬਾਬਾ ਜੀ ਨੇ ਲੈਣ ਤੁਰੀ ਆਉਂਦੀ ਆ ਮੈਨੂੰ ਤਾਂ ਇਹਨਾਂ ਨੇ ਬੜਾ ਵਾਫਾ ਕਰਿਆ ਜਿਹੜੀਆਂ ਚੋਟੀ ਦੀਆਂ ਬਾਜੀਆਂ ਲੀਲਾਂ ਵਰਗੀਆਂ ਗੁਰਦੇਵ ਜਸਵੀਰ ਆਪ ਸਾਰੀ ਬੰਸਾ ਮਹਾਰਾਜ ਗਾਮੀ ਵਾਲੀ ਆ ਸਾਰੇ ਹਰਾਏ ਇਹਨਾਂ ਦੇ ਬਾਬੇ ਨੇ ਨਿੰਗ ਦਾ ਨਾਮ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਇਹਦੇ ਨਾਲ ਦੋਸਤੀ ਹੈ ਦਾਦਾ ਜੀ ਵਾਲੀ ਰੱਖਣੀ ਅਸੀਂ ਵਧਾਵਾਂਗੇ ਹੁਣ ਵੱਧ ਗਈ ਆ ਤੁਹਾਡੇ ਸਾਹਮਣੇ ਆਹ ਭਲਾ ਕੀ ਆ ਨਾ ਹੀ ਬਹੁਤ ਹੈ ਜੀ ਬਾਬਾ ਜੀ ਧੰਨਾ ਦਾ ਨਾਮ ਬਹੁਤ ਵੱਡਾ ਇਹਨਾਂ ਦੀ ਅਗਲੀ ਪੀੜ੍ਹੀ ਦਾ ਵੀ ਨੀ ਹੋਇਆ ਤੁਹਾਡੀ ਇੱਕ ਪੀੜ੍ਹੀ ਦੇ ਜੋੜੇ ਪੱਗ ਵਟਾਉਂਦੇ ਨੇ ਤੁਹਾਨੂੰ ਜੀ 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 ਆਹੋ ਹੋਰ ਵੀ ਖੜੇ ਹੋਣੇ ਜੀ ਕਬੂਤਰ ਆਪਾਂ ਇਹਨਾਂ ਦੇ ਦਬਾਉਣ ਦੇ ਹਾਂ ਬੜੀ ਦੂਰੋਂ ਪਹੁੰਚਿਆ ਜੀ ਸਾਨੂੰ ਖਾਸ ਕੈਨੇਡਾ ਦੇ ਵਿੱਚ ਵੀ ਮਿਲੇ ਸੀਗੇ ਜੀ ਕਾਫੀ ਨਾਂ ਜੀ ਵੀਰ ਦਾ ਅਤੇ ਸ਼ਾਇਦ ਦੱਸ ਰਹੇ ਸੀ ਦਰਸ਼ਨ ਸਰਪੰਚ ਦੇ ਜਿਹੜੇ ਖੋਟਿਆਂ ਵਾਲੇ ਕਬੂਤਰ ਮਸ਼ਹੂਰ ਹੋਏ ਸਿੰਦਰ ਸਰਪੰਚ ਸਿੰਦਰ ਸਰਪੰਚ ਦੇ ਸੋਰੀ ਜੀ ਵੀਰ ਕੋਲ ਹੈਗੇ ਜੀ ਪਹਿਲਾਂ ਆਪਦਾ ਨਾਂ ਐਡਰੈਸ ਸਾਰਾ ਦੱਸੋ ਨਿਹਾਲ ਸਿੰਘ ਵਾਲੇ ਤੋਂ ਜੀ ਰਾਮ ਨਿਹਾਲ ਸਿੰਘ ਇੱਧਰ ਦਾ ਏਰੀਆ ਤਾਂ ਤਕਰੀਬਨ ਮੈਨੂੰ ਜਾਣਦਾ ਹੀ ਆ ਉਹਨਾਂ ਨੂੰ ਮੈਂ ਕਾਫੀ ਬਾਜੀਆਂ ਛੱਡਦਾ ਰਿਹਾਗਾ ਅਤੇ ਬਾਕੀ ਖੋਟਿਆਂ ਵਾਲੇ ਕਬੂਤਰ ਹੈਗੇ ਆ ਹਜੇ ਥੋੜ੍ਹੇ ਖਤਮ ਹੋ ਗਏ ਸੀ ਪਰ ਹੁਣ ਦੁਬਾਰਾ ਸਟਾਰਟ ਕਰ ਲਏ ਆ ਥੋੜ੍ਹੇ ਦੋ ਸਾਲ ਹੋ ਗਏ ਬਣ ਗਏ ਆ ਅਤੇ ਬਾਕੀ ਤਾਂ ਬਾਬੇ ਵਾਲੇ ਕਬੂਤਰ 90% ਹੈਗੇ ਆ ਮੇਰੇ ਕੋਲ ਅਤੇ ਮੇਰਾ ਦੂਜੀ ਵਾਰ ਮੌਕਾ ਮਿਲਿਆ ਇੱਥੇ ਆਉਣ ਦਾ ਮੈਨੂੰ ਕਹਿ ਰਿਹਾ ਸੀਗਾ ਦੀਪ ਨੂੰ ਕਿ ਮੈਨੂੰ ਉਹਨਾਂ ਦਾ ਦਰਸ਼ਨ ਕਰਾ ਕੇ ਆ ਵੀ ਮੇਰੇ ਕੋਲ ਇੰਨੇ ਚਿਰ ਦੇ ਬਾਬੇ ਵਾਲੇ ਕਬੂਤਰ ਆ ਧੰਨੇ ਵਾਲੇ ਆਪਾਂ ਕਰਦੇ ਹਾਂ ਘਰ ਬਾਰ ਤਾਂ ਮੈਂ ਦੇਖਾਂ ਇਹਨਾਂ ਨੂੰ ਮੈਂ ਮਿਲਿਆ 3-4 ਮਹੀਨੇ ਹੋਏ ਸ਼ਾਇਦ ਮੈਂ ਆ ਕੇ ਗਿਆ ਇੱਥੇ ਹਾਂ 3-4 ਮਹੀਨੇ ਹੋਏ ਆ ਅਤੇ ਦੂਜੀ ਵਾਰ ਮੌਕਾ ਮਿਲਿਆ ਅੱਜ ਕੁਦਰਤੀ ਸਭ ਬਣਾ ਲਈ ਮਿਲੀ ਥੈਂਕ ਯੂ ਜੀ ਹੁਣ ਵੀਰ ਜੀ ਇੱਕ ਦੋ ਕਬੂਤਰ ਹੋਰ ਲੈ ਕੇ ਇਹ ਕਿਹੜੀ ਨਸਲ ਹੈ ਜੀ ਆਪਣੇ ਕੋਲ ਇਹ ਹੈ ਤਾਂ ਆਪਣੇ ਉਹ ਚਿੱਟਿਆਂ 'ਚ ਜੀ ਲੱਕੜਾਂ 'ਚ ਮਤਲਬ ਘੋੜੀ ਮਸ਼ਹੂਰ ਹੋਈ ਸੀ ਬਾਜੀਆਂ ਉੱਡੀ ਮਤਲਬ ਉਹਦੀ ਬਲੱਡ ਲੈਣਾ ਹੈ ਕਬੂਤਰੀ ਦਾ ਨਾਂ ਭੋਲੀ ਕਿਹੜੀ ਜਗ੍ਹਾ ਨਾਂ ਉਹਦਾ ਭੋਲੀ ਪਿਆ ਸੀ ਕਿਉਂ ਪਿਆ ਸੀ ਉਹ ਮਤਲਬ ਇੱਥੇ ਛੱਡੀ ਸੀਗੀ ਸਕੂਲੇ ਤੋਂ ਪੂਲੀ ਜਾ ਵੜੀ ਸੀ ਜੀ ਹਾਂਜੀ ਹਾਂਜੀ ਫਿਰ ਮਤਲਬ ਉਦੋਂ ਬਾਅਦ ਨਹੀਂ ਫਿਰ ਉਹ ਕਦੇ ਵੀ ਹੱਲੀ ਉਹਦੇ ਹਵਾ ਜੀ ਆ ਗਈ ਸੀ ਚਿੱਟੀਆਂ ਅੱਖਾਂ ਹੈ ਲੱਕੜਾਂ ਚੋਂ ਜੀ ਇਹ ਦੋਨੇ ਸਾਫ ਚਿੱਟੀਆਂ ਅੱਖਾਂ ਜੀ ਥੋੜਾ ਜਿਹਾ ਇੱਕ ਕੋਈ ਨਾ ਕੋਈ ਫੰਗ ਵਟਾ ਰਿਹਾ ਜੀ ਬੱਬੂ ਇੱਥੇ ਉੱਪਰਲੇ ਪਾਸੇ ਅੱਖ ਦੇ ਛੋਟੇ ਵੀ ਥੱਲੇ ਵੀ ਕੱਢ ਜਾਂਦੇ ਇਹਦੀ ਥੋੜ੍ਹੀ ਜਿਹੀ ਚੁੰਝ ਆ ਜਿਹੜੀ ਕਾਲੀ ਹੈ ਕਾਲੀ ਵੀ ਕੱਢਦੇ ਹਾਂ ਚਿੱਟੀਆਂ ਹੀ ਆ ਜੀ ਇਹਦੇ ਭੱਬੂ ਕੱਢਿਆ ਕੱਢ ਜਾਂਦੇ ਆ ਜੀ ਕੱਢ ਜਾਂਦੇ ਇਹਦੇ ਆ ਥੱਲੇ ਲੌਂਸ ਵੀ ਦਿਖਾਈ ਦੇ ਰਹੇ ਥੋੜ੍ਹੇ ਫਿੱਕੇ ਜਿਹੇ ਖੰਭ ਹੈ ਥੋੜ੍ਹੇ ਜਿਹੇ ਲੌਂਸ ਦੇ ਲਓ ਜੀ ਇਹ ਵੀ ਲੱਕੜਾਂ 'ਚੋਂ ਬਰਾਬਰ ਜੇ ਖੜ ਜਾ ਪਿੱਛੇ ਜੇ ਜਾਂ ਪਿਆ ਲੈ ਉਹ ਵੀ ਗੱਲਾਂ ਕਰਦਾ ਸਾਹਮਣੇ ਸਾਹਮਣੇ ਹਾਂਜੀ ਇਹ ਵੀ ਲਾਲਚੀ ਨਾ ਜੀ ਆ ਗਿਆ ਔਰ ਲੱਕੜੀ ਤੇ ਬਾਕੀ ਉਹ ਲੱਕੜਾਂ ਚੋਂ ਕਬੂਤਰੀ ਆ ਤੇ ਵੱਡਾ ਲਾਲਚੀ ਨਾਲ ਲੱਗਿਆ ਹੋਇਆ ਉਹਦੇ ਨਾਲ ਜੋੜਾ ਹਾਂਜੀ ਉਹ ਪਰੇ ਲਾਲਚੀਨਿਆਂ ਦਾ ਜੋੜਾ ਜੀ ਇਹ ਥੱਲੇ ਗੁੜ ਰੰਗੇ ਰੱਤੇ ਆ ਗਏ ਜੀ ਉੱਤੋਂ ਸਟਾਰਟ ਕਰੋ ਜੀ ਹੌਲੀ ਹੌਲੀ ਲੈ ਕੇ ਆਓ ਹਾਂਜੀ
ਤੇ ਆਹ ਵੀ ਨਵਾਂ ਪੱਠਾ ਜੀ ਠੱਲਾਂ ਵਾਲਾ, ਇਹ ਵੀ ਲੱਕੜਾਂ ਚੋਂ ਹੈ ਜੀ। ਹਾਂਜੀ ਇਹ ਜੋੜੇ ਲਾਏ ਹੋਏ ਆ ਜੀ? ਹਾਂਜੀ ਇਹ ਸਾਰੇ ਜੋੜੇ ਲੱਗੇ ਹੋਏ ਆ ਜੀ ਇਹਦੇ 'ਚ। ਪੂਰਾ ਜ਼ੂਮ ਕਰ ਲਿਓ ਜੀ, ਕਬੂਤਰ ਐਂ ਵਿਖਾਇਓ ਇੱਕ ਇੱਕ। ਇਹ ਨਾ ਕੋਈ ਕਹਿ ਦੇ ਵੀ ਬਾਬਾ ਜੀ ਧੰਨਾ ਜੀ ਵੀ ਕਬੂਤਰ ਦੇਖਣੇ। ਹਾਂਜੀ ਕਬੂਤਰੀ ਲੱਕੜਾਂ 'ਚੋਂ ਕਬੂਤਰ ਲਾਲ ਚੀਨਿਆਂ 'ਚੋਂ ਜੀ, ਇਸ ਲੋੜ ਮਤਲਬ ਮਿਲੇ ਹੋਏ ਬਹੁਤ ਚੰਗੇ ਉੱਡਦੇ ਆ, ਹਿਡਾਣ ਬਹੁਤ ਚੰਗੀ ਖੜਦੇ ਆ। ਇਹ ਜੋੜਾ ਇਸ ਤਰ੍ਹਾਂ ਲਾਇਆ ਹੋਇਆ ਜੀ, ਇਹ ਵੀ ਲਾਲਚੀ ਨਾਲ ਕਬੂਤਰ ਹੈ ਜੀ। ਕਬੂਤਰੀ ਇਹ ਤੁਹਾਨੂੰ ਨੀਚਲੇ ਰੱਖਣੇ 'ਚ ਬੈਠੀ ਹੈ ਜੀ, ਇਹਦੇ ਨਾਲ ਬੈਠੀ। ਇਹ ਵੀ ਲਾਲਚੀ ਨੇ ਜੋ ਜੀ, ਇਹ ਵੀ ਲਾਲਚੀ ਨੇ ਉਹ ਵੱਡੇ ਦੀ ਪੱਠੀ ਹੈ ਜੀ। ਇਹ ਚਿੜੀਆਂ ਅੱਖਾਂ ਦੇ, ਇਹ ਵੀ ਚੋਕਲੇਟੀ ਕਲਰ ਹੈ ਜੀ, ਕੌਫੀ ਕਲਰ ਵੀ ਕਹਿ ਦਿੰਦੇ ਹਾਂ। ਇਹ ਵੀ ਲਾਲਚੀ ਨੇ ਜੋ ਜੋੜਾ ਜੀ, ਇਹਦੇ ਵੀ ਬੱਚੇ ਬਹੁਤ ਚੰਗੇ ਹੋਣਗੇ। ਇਹ ਵੀ ਲਾਲਚੀ ਨੇ ਜੋ ਆ ਗਿਆ ਜੀ, ਕਬੂਤਰ ਕਬੂਤਰੀ ਜੋ ਆ ਗਈ ਇਹਦੇ ਨਾਲ ਲੱਗੀ ਹੋਈ ਹੈ ਜੀ। ਲੱਕੜਾਂ ਜੋ ਆ ਗਿਆ ਜੀ, ਇਹ ਜੋੜਾ ਖੱਟੀਆਂ ਅੱਖਾਂ ਕਲਫ ਨੁਕੇ ਜੀ, ਇਹ ਗੁਰ ਰੰਗੇ ਰੱਤੇ, ਇਹ ਵੀ ਲਾਲਚੀ ਨਿਆਂ ਦੇ ਜੀ। ਇਹ ਵੀ ਬਜ਼ਾਰਾਂ ਨੇ ਜੋ ਆ ਗਿਆ ਜੀ, ਕਬੂਤਰ ਖੱਟੀਆਂ ਦਾ ਕਬੂਤਰੀ ਸ਼ਾਹ ਅੱਖੀ, ਥੱਲੇ ਕੋਲਾਂ ਚੋ ਹੋਈ ਕਾਲੀ ਕਾਲਾ ਕਬੂਤਰ ਤੇ ਕਬੂਤਰੀ ਕਾਲੀ ਪੇਟੀ ਵਾਲੀ। ਟਿੱਕਾ ਕਾਲ ਸਿਰਾ ਜੋ ਦਿਸ ਰਿਹਾ ਕੈਮਰੇ ਜੀ, ਇਹ ਮਤਲਬ ਪੁੰਨੂ ਵਾਲਾ ਚੋ ਕਾਲ ਸਿਰਾ, ਹਰੀਆਂ ਅੱਖਾਂ ਜਾ ਗਿਆ ਜੀ, ਪੂੰਜੇ ਚ ਲਾਉਂਸ ਪੜਦੇ। ਹਾਂਜੀ ਇਹ ਲਾਲ ਡੱਬਿਆਂ ਦੇ ਜੀ ਬੱਚੇ, ਇੱਕ ਮਤਲਬ ਕਾਲਾ ਡੱਬਾ ਕੱਢਿਆ, ਇੱਕ ਲਾਲ ਡੱਬਾ, ਇਹ ਕਾਲਾ ਜੀ ਕੋਲਾਂ ਚੋਂ ਹੈ, ਨੀਲਾ ਡੱਬਾ ਡੱਬਿਆਂ ਚੋਂ ਆ ਗਿਆ ਜੀ। ਇਹ ਛਾਹ ਖਾ ਗਈ ਇਹਨਾਂ ਚੋਂ, ਇਹ ਹਜ਼ਾਰ ਵਾਲਿਆਂ ਚੋਂ, ਮਤਲਬ ਇਹ ਨਵੇਂ ਆ ਗਏ ਜੀ ਕੁਛ ਬੱਚੇ, ਇਹਨਾਂ ਦੇ ਬੱਚੇ ਉੱਡਣ ਵਾਲੇ ਹੈਗੇ ਨਵੇਂ ਪੱਠੇ, ਵੱਡੇ ਜੋ ਲਾਏ ਹੋਏ ਸੀਗੇ ਜੋੜੇ, ਇਹ ਨਵੇਂ ਆ ਗਏ ਜੀ ਬੱਚੇ। ਹਾਂਜੀ ਆਹ ਵੀ ਹਜ਼ਾਰਾਂ ਨੇ ਜੋ ਨਵਾਂ ਪੱਠਾ ਉਰਲਾ, ਜਿਹੜਾ ਕਾਲ ਸਿਰਾ ਕਬੂਤਰ ਹੈਗਾ ਲਾਲ ਸਿਰਾ, ਇਹ ਵੀ ਨਵਾਂ ਜੀ ਉੱਡਣ ਵਾਲਾ, ਪਿਛਲੇ ਸਾਲ ਛੱਡਿਆ ਦੋ ਤਿੰਨ ਬਾਜੀ। ਹਜੇ ਨਵੇਂ ਆ ਗਏ ਜੀ ਸਾਰੇ, ਜਿਹੜੇ ਥੱਲੇ ਫਿਰਦੇ ਆ ਸਾਰੇ ਨਵੇਂ ਆ ਉੱਡਣ ਵਾਲੇ ਜੀ। ਬਾਈ ਦੱਸੋ ਨਸਲਾਂ। ਹਾਂਜੀ ਇਹਦੇ 'ਚ ਵੀ ਆਪਣੇ ਜਿਹੜੇ ਹਜ਼ਾਰ ਵਾਲੇ ਜ਼ਿਆਦੇ ਆ ਕਬੂਤਰ, ਲਾਲ ਚੀਨੇ ਦਾ ਇੱਕ ਦੋ ਜੋੜੇ ਹੀ ਹੈ ਤਕਰੀਬਨ, ਆ ਦੋ ਦੂਜੇ ਬੈਠੇ ਆ, ਇਹ ਸਲਾਰੇ ਆ ਕਬੂਤਰ ਇੱਧਰ ਸਾਈਡ 'ਤੇ ਬੈਠੇ। ਨਿੱਕੀ ਨੋਕ ਵਾਲਾ ਬੈਠਾ ਖੱਟੀਆਂ ਅੱਖਾਂ ਵਾਲਾ, ਇੱਕ ਛੱਡ ਕੇ ਕਬੂਤਰ ਪੈਰ 'ਚ ਰਿੰਗ ਪਾਇਆ ਹੋਇਆ, ਇਹਦੇ ਪੱਠੇ ਬਹੁਤ ਹੀ ਬਾਜ਼ੀਆਂ ਛੱਡੇ ਅਤੇ ਬਹੁਤ ਹੀ ਚੰਗੇ ਉੱਡੇ ਆ। ਇਹ ਕਬੂਤਰਾਂ ਤੋਂ ਰਾਜਨ ਦਾ ਨਾਂ ਮਸ਼ਹੂਰ ਹੋਇਆ, ਬਰੜਾ ਇਹ ਬਲੱਡ ਲੈਣ ਰਾਜਨ ਵਾਲੇ ਜਿੱਥੋਂ ਮਸ਼ਹੂਰ ਹੋਇਆ, ਆਪਣਾ ਕਬੂਤਰ ਬਾਜੀ ਤੋਂ ਫੜਿਆ ਹੋਇਆ ਸੀ ਉਹਦੇ ਕੋਲ ਚਲਿਆ ਗਿਆ ਸੀ, ਇਹ ਕਬੂਤਰਾਂ 'ਚੋਂ ਬਲੱਡ ਲੈਣ ਸੀ ਉਹਦੇ ਕੋਲ। ਇਹ ਸਲਾਰੇ ਹੈ, ਇਹ ਮੁੰਬਈ ਸੀ ਵਾਰਡ ਦੇ ਵਿੱਚ ਕਬੂਤਰਾਂ ਮਾਰਦੇ ਸੀ, ਇਹ ਦੋ ਚੋਕਲੇਟੀ ਹੈ ਅਤੇ ਕਾਲੀ, ਇਹ ਵਾਲਾ ਹੀ ਆ ਉੱਡਣ ਵਾਲੇ ਨਹੀਂ ਹੈ। ਉਹ ਜਿਹੜਾ ਮਾਰਦਾ ਕਾਲ ਸਿਰਾ, ਇਹ ਵੀ ਹਜ਼ਾਰ ਵਾਲੇ ਨੇ। ਸਾਡੇ ਕੋਲ ਨਸਲਾਂ ਹੀ ਇਹ ਦੋ ਨਸਲ ਹੈ, ਹਜ਼ਾਰ ਵਾਲੇ ਅਤੇ ਖੱਟੀਆਂ ਵਾਲੇ ਜਿਹਨੂੰ ਆਪਾਂ ਪੁੰਨੂ ਵਾਲੇ ਕਬੂਤਰ ਕਹਿ ਦਿੰਦੇ ਹਾਂ, ਅਤੇ ਤੀਜੇ ਡੱਬੇ ਕਿੱਕਰ ਮਾਸਟਰ ਜਿੱਥੋਂ ਬਣੇ ਹੋਏ ਸੀ, ਕਿੱਕਰ ਮਾਸਟਰ ਆਪਣੇ ਘੋਰੇ ਬਣੇ ਹੋਏ ਸੀ। ਹਾਂ
अगले साल छड़ा गे सर सर हो बैठे कबूतर छड़न वाले है बाजी छड़ा गे गेते सर हो छड़न वो रह गए थे पिछे हाँ जी आप कबूतर देखते हैं थोड़े उस तो पहला बाबा जी तन्ना महाराज ने तो कोई चेला नहीं बनाया पिछे जे पिक्चर देखी सी शायद थोड़ा कोई चेला बने हाँ जी हाँ जी वो गगन कौंक तो आई जी आए हुए अज नहीं अज नहीं जी आया देखा सी जी बाकी होर भी अपने पांच चार चेले गोरे महल कलां वाले अर्गे सारे अपने चेले आई जी हाँ जी हाँ जी ਕੀ ਨਾਮ ਹੈ ਜੀ ਆਪਣਾ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਸਿੰਘ ਮੰਨਾ ਕਹਿੰਦੇ ਮੰਨਾ ਇਮਰਾਜ ਹੈ ਜੀ ਇਕੱਠੇ ਟੋਨੇ ਹਾਂ ਜੀ ਇਕੱਠੇ ਆਪਣਾ ਕੀ ਨਾਮ ਵੀਰ ਜੀ ਮੇਰਾ ਨਾਮ ਸੁਖਵੀਰ ਸਿੰਘ ਜੀ ਮੈਂ ਉਹ ਸੀਗਾ ਕਹਿੰਦੇ ਕਿਹੜਾ ਪਿੰਡ ਆ ਤੁਹਾਡਾ ਆਪਣਾ ਲਿੱਤਰਾ ਜੀ ਰਾਏਕੋਟ ਦੇ ਲੱਗਦਾ ਰਾਏਕੋਟ ਦੇ ਲਿੱਤਰਾ ਹਾਂ ਜੀ ਬਾਈ ਜੀ ਹੋਰਾਂ ਨਾਲ ਕੀ ਰਿਲੇਸ਼ਨ ਆਪਣਾ ਤੇ ਉਹ ਪ੍ਰੇਮੀ ਹੈ ਜੀ ਗਾਂ ਗੋਰੇ ਨਾਲ ਫਿਰ ਬਾਈ ਉਹਨਾਂ ਨਾਲ ਇੱਕ ਹੋਰ ਵੀਰ ਖੜਾ ਛੋਟਾ ਖਿਡਾਰੀ ਆਪਣਾ ਆਉਣ ਵਾਲੇ ਸਮੇਂ 'ਚ ਸ਼ਾਇਦ ਇਹ ਵੀ ਬਾਬਾ ਜੀ ਧੰਨਾ ਵਾਂਗੂ ਨਾਮ ਜਿਹੜਾ ਰੋਸ਼ਨ ਕਰੇ ਕੀ ਨਾਮ ਵੀਰ ਹਰਪ੍ਰੀਤ ਸਿੰਘ ਕਿਹੜਾ ਪਿੰਡ ਹੈ ਰਾਮਪੁਰਾ ਫੂਲ ਠੀਕ ਹੈ ਜੀ ਬਹੁਤ ਵਧੀਆ ਸ਼ੌਕ ਹੈ ਨਸ਼ੇ ਤੋਂ ਜਿਹੜਾ ਸ਼ੌਕ ਦੂਰ ਰੱਖਦਾ ਬਹੁਤ ਵਧੀਆ ਜੀ ਇੱਕ ਬਾਈ ਪਿੱਛੇ ਹੋਰ ਕੋਈ ਵੀਰ ਰਹਿ ਗਿਆ ਹੋਵੇ ਮਿਲਾਉਣ ਵਾਲਾ ਇੱਕ ਕਾਫੀ ਆਪਣੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਨਜ਼ਦੀਕੀ ਕੀ ਨਾਂ ਹੈ ਮਨਦੀਪ ਸਿੰਘ ਮਨਦੀਪ ਸਿੰਘ ਕਾਫੀ ਪਰਿਵਾਰ ਦੇ ਨਜ਼ਦੀਕੀ ਹੈ ਕੋਈ ਬਾਬਾ ਜੀ ਦੀ ਗੱਲਬਾਤ ਸੁਣਾਓ ਸਾਨੂੰ ਬਾਬਾ ਜੀ ਧੰਨਾ ਜੀ ਦੀ ਆਪਣਾ ਤਾਂ ਇਹਨਾਂ ਨਾਲ ਪਿਆਰ ਹੈ ਜੀ ਇਹ ਉਦੋਂ ਬਾਅਦ 'ਚ ਆਉਣ ਲੱਗਾ ਬਾਅਦ 'ਚ ਆਉਣ ਲੱਗੇ ਹਾਂਜੀ ਉਹ ਇਹਨਾਂ ਨਾਲ ਪਿਆਰ ਹੈ ਤੁਹਾਡਾ ਹਾਂਜੀ ਹਾਂਜੀ ਆਪਾਂ ਵੀ ਸ਼ੌਕ ਰੱਖਦੇ ਕਬੂਤਰਾਂ ਦਾ ਹਾਂਜੀ ਪੂਰਾ ਫੁੱਲ ਜੀ ਹੁਣ ਇਹੀ ਆਪਣੇ ਵਾਲੇ ਹੀ ਹੁੰਦੇ ਕਈ ਪਿੰਡਾਂ 'ਚ ਰਣਜੀਤਗੜ੍ਹ ਵਗੈਰਾ ਹੋਰ ਕਾਪੀ ਦੀ ਸਪੈਸ਼ਲ ਬੁਲਾਉਣੇ ਆ ਇਹਨਾਂ ਨੂੰ ਜੀ ਕਾਪੀ ਦੀ ਸੇਵਾ ਤੁਸੀਂ ਬਹੁਤ ਵਧੀਆ ਵਧੀਆ ਕਰਦੇ ਆ ਇਹ ਕਾਪੀ ਦੀ ਸੇਵਾ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਕਾਪੀ ਵਾਲਾ ਜਿਹੜਾ ਕੰਮ ਹੈ ਇੱਕ ਸਾਰਾ ਦਿਨ ਧੁੱਪ ਦੇ ਵਿੱਚ ਖੜਨਾ ਟਿਕ ਮਾਰ ਕਰਨੀ ਬਹੁਤ ਔਖਾ ਹੋ ਜਾਂਦਾ ਜੀ ਬਹੁਤ ਔਖਾ ਜੱਜ ਕਰਨਾ ਬਹੁਤ ਔਖਾ ਜੱਜ ਕਰਨਾ ਹਰ ਇੱਕ ਬੰਦੇ ਨੇ ਲੜਨਾ ਮੇਰਾ ਨਜਾਇਜ ਕੱਟਤਾ ਜੀ ਉਹਨਾਂ ਨੂੰ ਆਥਲੇ ਦਾ ਹੀ ਕਾਪੀ ਨਾਲ ਲੜਨਾ ਹੀ ਹੁੰਦਾ ਸਾਰਿਆਂ ਨੇ ਕਾਪੀ ਲੜਨਾ ਹੁੰਦਾ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਤੇ ਹੁਣ ਆਪਾਂ ਜਾਣਦੇ ਹਾਂ ਜੀ ਇਹ ਜਿਹੜੇ ਕਬੂਤਰ ਲੈ ਕੇ ਆਏ ਆ ਜੀ ਸ਼ਾਖ ਇਹ ਕਿਹੜਿਆਂ ਚੋਂ ਹੈ ਜੀ ਇਹ ਸ਼ਾਖ ਆ ਜੀ ਕਮੰਡਲੇ ਦੀ ਬਲੱਡ ਲਾਈਨ ਸੀਗੀ ਇਹ ਲਾਲ ਬਾਈ ਉੱਡਿਆ ਸੀ ਸ਼ਾਖ ਆ ਜੀ ਬਹੁਤ ਮਸ਼ਹੂਰ ਹੈ ਸਾਰੇ ਲੋਕਾਂ ਨੂੰ ਖਿਡਾਰੀਆਂ ਨੂੰ ਪਤਾ ਜੀ ਜਿਹੜੇ ਆਪਣੇ ਹੈਗੇ ਪਹਿਲਾਂ ਵਾਲੇ ਜੀ ਲਾਲ ਬਾਈ ਉਦੋਂ 100 ਰੁਪਇਆ ਐਂਟਰੀ ਹੁੰਦੀ ਸੀ ਤੇ 51 ਕਬੂਤਰਾਂ ਤੇ ਵਧਿਆ ਸੀ ਉਹ ਦੇਖੋ ਜੀ ਆਹ ਸ਼ਾਹ ਨਸਲ ਜੋ ਕਿ ਅੱਜ ਵੀ ਮੌਜੂਦ ਹੈ ਇਹਦੇ ਦੀ ਚੁੰਝ ਜਿਹੜੀ ਹੇਠਲੀ ਲੰਬੀ ਹੈ ਹਾਂਜੀ ਹਾਂਜੀ ਥੋੜੀ ਜਿਹੀ ਲੰਬੀ ਹੈ ਜੀ ਇਹਨਾਂ ਦੀ ਹੇਠਲੀ ਚੁੰਝ ਹਾਂਜੀ 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 ਲੋ ਜੀ ਆ ਸ਼ਾਖ ਇਹ ਅੱਖ ਤਕਰੀਬਨ ਸ਼ਾਖ ਹੀ ਕੱਢਦੇ ਨੇ ਜੀ ਅੱਖ ਹੋਰ ਨਹੀਂ ਕੱਢਦੇ ਇਹ ਸ਼ਾਖ ਏ ਸ਼ਾਖ ਹੀ ਕੱਢਦੇ ਜੀ ਜੀ ਲੋ ਜੀ ਉਸ ਤੋਂ ਕਬੂਤਰ ਵੀ ਵੱਡਾ ਜੀ ਇਹ ਵੱਡਾ ਜੀ ਕਬੂਤਰ ਹਾਂ ਲੋ ਜੀ ਇਹਨਾਂ ਦੇ ਸ਼ਾਖ ਟੋਟਲ ਹੁਣ ਆਪਣੇ ਕੋਲ ਕਿੰਨੀਆਂ ਜਿਹੜੀਆਂ ਨਸਲਾਂ ਕਿੰਨੀਆਂ ਨਸਲਾਂ ਆਪਣੇ ਕੋਲ ਐਂ ਤਾਂ ਫਿਰ ਨਵੀਆਂ ਜਿਹੜੀਆਂ ਹੋਰ ਜੰਟੇ ਵਾਲੇ ਵੀ ਬੈਠੇ ਆ ਜੀ ਨੀਰਾ ਆਪ ਵੀ ਬੈਠੇ ਆ ਜੀ ਕਾਕੇ ਵਾਲੇ ਵੀ ਬੈਠੇ ਆ ਜੀ ਹੈ ਸਾਰਾ ਕੁਝ ਜੀ ਜੀ ਹਾਂਜੀ ਆਪਾਂ ਹੁਣ ਤੁਹਾਨੂੰ ਆਪਦੀਆਂ ਨਸਲਾਂ ਦਿਖਾਈਆਂ ਜੀ ਜੀ ਹਾਂਜੀ ਹਾਂਜੀ ਜਿਹੜੀਆਂ ਆਪਣੀਆਂ ਇਹਨਾਂ ਤੋਂ ਕਬੂਤਰ ਇਹਨਾਂ ਦੇ ਫੜ ਕੇ ਬਾਬੇ ਦੇ ਧਰਮ ਦੇ ਲੋਕਾਂ ਨੇ ਬਹੁਤ ਨਸਲਾਂ ਬਣਾਈਆਂ ਸਾਰੇ ਪੰਜਾਬ ਬਣ ਗਏ ਰਾਜ ਨਾਲ ਬਾਬਾ ਜੀ ਧੰਨਾ ਦੇ ਤੁਸੀਂ ਅੱਜ ਤੱਕ ਮੁਲਕ ਦਾ ਨਾਂ ਨਹੀਂ ਸੁਣਿਆ ਹੋਊ ਪਰ ਉਸ ਮੁਲਕ ਦੇ ਵਿੱਚ ਕਬੂਤਰਾਂ ਦਾ ਨਾਂ ਜ਼ਰੂਰ ਸੁਣਿਆ ਹੋਇਆ ਧੰਨੇ ਵਾਲੇ ਬੈਠੇ ਨੇ ਬਾਜ਼ੀਆਂ ਅੱਗੇ ਚਾਲੂ ਰੱਖੋਗੇ ਹੁਣ ਕਿੱਥੇ ਡਾਉਣੇ ਆ ਤੁਸੀਂ ਕਬੂਤਰੇ ਦਾ ਢਾਣੀ ਆਪਣੀ ਨਹੀਂ ਹੁਣ ਰਾਮਪੁਰੇ ਲਾਏ ਹੋਏ ਜੀ ਰਾਮਪੁਰੇ ਤਿੰਨ ਥਾਈ ਲੱਗੇ ਹੋਏ ਬਾਕੀ ਦੇ ਬਲਵਿੰਦਰ ਕੋਲੇ ਆ ਜੀ
ਇੱਕ ਗੁਰਚਰਨ ਕੋਲੇ ਹਾਂਜੀ ਅਤੇ ਇੱਕ ਹੈਗਾ ਜਰਨੈਲ ਜੀ ਹਾਂਜੀ ਉਹ ਖੜਾ ਜੀ ਜਰਨੈਲ ਜਰਨੈਲ ਇੱਕ ਹਾਂ ਹਾਂਜੀ ਉਹਨਾਂ ਕੋਲੇ ਹੈ ਅਤੇ ਬਾਕੀ ਬਾਗੀ ਨੰਬਰਦਾਰ ਆ ਜੀ ਆਪਣੇ ਪਿੰਡ ਤੋਂ ਸਰਦਾਰ ਬਹੁਤ ਚੰਗਾ ਮੁੰਡਾ ਅਤੇ ਬਾਕੀ ਉਹਨਾਂ ਕੋਲੇ ਲਾਏ ਵੇ ਜੀ ਇੱਕ ਉਹਨਾਂ ਕੋਲ ਇੱਕ ਜਾਣੀ ਤਿੰਨ ਚਾਰ ਪਿੰਡਾਂ 'ਚ ਲਾਏ ਇੱਕ ਜੀ ਤਾਂ 90-91 ਤੋਂ ਪਹਿਲਾਂ ਸਾਡੇ ਦੇ ਪਹਿਲਾਂ ਤੋਂ ਹੀ ਹੈ ਜੀ ਉੱਥੇ ਇਹਨਾਂ ਕੋਲੇ ਇੱਥੇ ਗੁਰਚਰਨ ਕੋਲੇ ਮਤਲਬ ਕਿਹਾ ਕਿ ਤੁਸੀਂ ਪ੍ਰੋਪਰ ਬਾਜੀ ਆਪ ਵੀ ਆਉਣਾ ਹੋਊਗੀ ਹਾਂਜੀ ਸ਼ੌਕ ਬਾਬਾ ਜੀ ਧੰਨਾ ਮਹਾਰਾਜ ਦੇ ਪੋਤਰੇ ਤੇ ਉਧਰੋਂ ਨਾਮੀ ਖਿਡਾਰੀ ਬਾਬਾ ਜੀ ਸੰਤੋਖ ਸਿੰਘ ਨਿੰਗ ਘਰਾਂਗਣਾ ਦੇ ਬੇਟੇ ਆਪਸ ਦੇ ਵਿੱਚ ਜਿਹੜੀ ਪੱਗ ਪੁਰਾਣੇ ਸਮਿਆਂ ਦੇ ਵਿੱਚ ਤਾਂ ਬਹੁਤ ਸੁਣਿਆ ਸੀ ਵਟਾਈ ਜਾਂਦੀ ਹੈ ਪਰ ਅੱਜ ਬੜੀ ਖੁਸ਼ੀ ਹੋਈ ਇਹਨਾਂ ਨੂੰ ਵੇਖ ਕੇ ਆਪਸ ਦੇ ਵਿੱਚ ਜਿਹੜੀ ਪੱਗ ਵਟਾ ਰਹੇ ਪੱਗ ਵੱਟ ਭਰਾ ਬਣ ਰਹੇ ਦੁਆ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਪਰਮਾਤਮਾ ਇਹਨਾਂ ਦਾ ਜਿਹੜਾ ਪਿਆਰ ਹੈ ਇਸੇ ਤਰ੍ਹਾਂ ਬਣਾਈ ਰੱਖੇ ਜਿਹੜਾ ਪਿਆਰ ਇਹਨਾਂ ਦੇ ਵਿੱਚ ਪਹਿਲਾਂ ਉਹ ਹੋਰ ਵੀ ਪਰਮਾਤਮਾ ਉੱਚਾ ਲੈ ਕੇ ਜਾਵੇ ਸੋ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਜੀ ਤਾੜੀਆਂ ਜ਼ਰੂਰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਹੀਂ ਵੇਖਿਆ ਗਿਆ ਕੋਈ ਪੱਗ ਵੱਟ ਭਰਾ ਬਣੇ ਪਰ ਪੁਰਾਣੇ ਸਮੇਂ ਦੇ ਵਿੱਚ ਜ਼ਰੂਰ ਸੁਣਿਆ ਸੀ ਅੱਜ ਅੱਖੀਂ ਵੇਖ ਲਿਆ ਜੀ ਥੈਂਕ ਯੂ ਬਹੁਤ ਬਹੁਤ ਥੋੜ੍ਹਾ ਕਰ ਲਿਓ ਜੀ ਇਹਨੂੰ ਭਾਈ ਥੋੜ੍ਹੀ ਉੱਤੋਂ ਥੋੜ੍ਹਾ ਦਬਾਇਆ ਜੇ ਥੋੜ੍ਹੀ ਓਕੇ ਜੀ ਕਿਆ ਪਾ ਹਾਂਜੀ ਇਹ ਆ ਜੀ ਸਵਰਗੀਆ ਬਾਬਾ ਜੀ ਧੰਨਾ ਸਿੰਘ ਮਹਾਰਾਜ ਉਹਨਾਂ ਦੀ ਜਿਹੜੀ ਤਸਵੀਰ ਦੇ ਜ਼ਰੀਏ ਆਪਾਂ ਤੁਹਾਨੂੰ ਮਿਲਾ ਰਹੇ ਹਾਂ ਜੀ ਸਵਰਗੀਏ ਬਾਬਾ ਧੰਨਾ ਮਹਾਰਾਜ ਜੀ ਨਾਲ ਉਹਨਾਂ ਦੇ ਬੇਟੇ ਨਾਲ ਉਹਨਾਂ ਦੇ ਪੋਤਰੇ ਨਾਲ ਉਹਨਾਂ ਦੇ ਬਹੁਤ ਹੀ ਜਿਗਰੀ ਦੋਸਤ ਬਾਬਾ ਜੀ ਸੰਤੋਖ ਸਿੰਘ ਘਰਾਂਗਣਾ ਹੋਰ ਵੀ ਦੋਸਤ ਮਿੱਤਰ ਜਿੰਨੇ ਪਹੁੰਚੇ ਆ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਸਲੂਟ ਕਰਦੇ ਹਾਂ ਬਾਬਾ ਜੀ ਧੰਨਾ ਮਹਾਰਾਜ ਨੂੰ ਕਿ ਉਹਨਾਂ ਨੇ ਦੁਨੀਆਂ ਦੇ ਨਾਂ ਉੱਚਾ ਚਮਕਾਤਾ ਜੀ ਕਬੂਤਰਬਾਜੀ ਦਾ ਸੋ ਥੈਂਕ ਯੂ ਜੀ ਫੋਟੋ ਕਰ ਲਾ ਗਰੁੱਪ ਕਰਦੇ ਸੀ ਸਾਰਿਆਂ ਨੂੰ ਖੜਾ ਕੇ ਨਾ ਬਾਈ ਨੂੰ ਕੈਂਪ ਫੜਾ ਦਿੰਦੇ ਮੋਬਾਈਲ ਠੀਕ ਹੈ ਜੀ ਇਹ ਛੋਟੇ ਵਾਲੇ 'ਤੇ ਕਰ ਦਿੰਦੇ ਬਹੁਤ ਵਧੀਆ ਲੱਗਿਆ ਜੀ ਅੱਜ ਪਹੁੰਚੇ ਸੀ ਆਪਾਂ ਬਾਬਾ ਜੀ ਧੰਨਾ ਮਹਾਰਾਜ ਦੇ ਘਰ ਅੱਜ ਦੇ ਲਈ ਇਹਨਾਂ ਜੀ ਇਹਨਾਂ ਦੀ ਆਪਾਂ ਜਿਹੜੀ ਇੰਟਰਵਿਊ ਹੈ ਉਹ ਆਉਣ ਵਾਲੀ 3 ਤਰੀਕ ਨੂੰ ਪਾਵਾਂਗੇ ਸੋ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ ਨਵੇਂ ਖਿਡਾਰੀ ਦੇ ਘਰ ਮਿਲਾਂਗੇ ਜੀ ਦੁਬਾਰਾ ਫਿਰ ਕਦੇ ਸਤਿ ਸ਼੍ਰੀ ਅਕਾਲ